ਪੰਥ ਗੁਰੂ ਖਾਲਸਾ ਜੀ ਹਾਜ਼ਰੀ ਪ੍ਰਵਾਨ ਕਰੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾ ਕੇ ਦਾਸਾਂ ਨੂੰ ਇਤਿਹਾਸ ਵਿੱਚੋਂ ਕੁਝ ਪੱਤਰੇ ਸਾਂਝੇ ਕਰਨ ਵਾਸਤੇ ਬਲ ਬਖਸ਼ੋ। ਝੁਕਾਓ ਮਹਾਰਾਜ ਨੂੰ ਸੀਸ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਲੀਡਰ ਸਿੰਘ ਸਾਹਿਬ ਜੀ, ਵੱਡੀਆਂ ਜ਼ਿੰਮੇਵਾਰੀਆਂ ਵੱਡੇ ਕਾਰਜ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਜਵਾਨੀ ਨੂੰ ਰੱਬ ਦੇ ਨਾਲ ਜੋੜਨ ਵਾਸਤੇ ਵੱਡੇ ਕਾਰਜ ਵੱਡੇ ਗੁਰਮ ਸਮਾਗਮ ਜੋੜ ਮੇਲੇ ਵਡਿਆਲੇ ਚੱਲ ਰਹੇ ਨੇ ਉਹਨਾਂ ਵੱਲੋਂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੋਹਣਿਆਂ ਦੇ ਸੁਲਤਾਨ ਸਤਿਗੁਰੂ ਤਿਨਾਂ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਮਹਾਂਪੁਰਖਾਂ ਵੱਲੋਂ ਹਰ ਸਾਲ ਬੜੇ ਅਦਬ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ। ਆਪ ਵੱਖ ਵੱਖ ਜਥਿਆਂ ਦੇ ਕੋਲੋਂ ਗੁਰੂ ਕਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ। 30 ਮਿੰਟ ਸਾਡੇ ਸੇ ਸਮਾਂ ਆਇਆ ਜਿਹੜਾ ਪ੍ਰਬੰਧਕਾਂ ਨੇ ਸੈਕਟਰੀ ਸਾਹਿਬ ਹੋਰਾਂ ਨੇ ਅਨਾਊਂਸ ਕਰ ਦਿੱਤਾ ਹੈ। 30 ਮਿੰਟਾਂ ਦੇ ਵਿੱਚ ਦੋ ਪੁਰਤਾਵਾਂ ਆਪ ਜੀ ਦੀ ਸੇਵਾ ਵਿੱਚ ਕਹਿ ਕੇ ਅਸੀਂ ਖਿਮਾ ਮੰਗ ਲੈਣੀ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਜਿਨ੍ਹਾਂ ਨੂੰ ਹੁਣੇ ਹੁਣੇ 1,97,000 ਵੋਟ ਦੇ ਨਾਲ ਲੀਡ ਦੇ ਨਾਲ ਜਿਤਾਇਆ ਹੈ। ਪਿਛਲੇ ਰਾਮੇ ਲਾ ਦਿੱਤੇ ਹੈ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਤਰਸੇਮ ਸਿੰਘ ਜੀ, ਉਹ ਆਏ ਨੇ ਜੀ ਆਇਆ ਆਖਦੇ ਆ, ਪਿੰਡ ਪਿੰਡ ਸ਼ਹਿਰ ਸ਼ਹਿਰ ਆ ਕੇ ਭੈਣ ਜੀ ਹੋਰੀ ਵੀ ਭਾਜੀ ਹੋਰੀ ਵੀ ਸੰਗਤਾਂ ਦਾ ਧੰਨਵਾਦ ਕਰ ਰਹੇ ਆ। ਉਹਨਾਂ ਵੱਲੋਂ 200 ਰੁਪਏ ਜਥੇ ਨੂੰ ਪਿਆਰ ਭੇਜਿਆ ਗਿਆ, ਅਸੀਂ ਧੰਨਵਾਦ ਕਰਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਰਿਹਾਈ ਕਰਾਉਣ, ਬੰਦ ਖਲਾਸੀ ਕਰਾਉਣ। ਸਤਿਕਾਰਯੋਗ ਬਾਬਾ ਜੀ ਨਾਲੇ ਜਲ ਪਾਣੀ ਵੀ ਛਕਾ ਰਹੇ ਸੀ ਮਹਾਂਪੁਰਖ ਦੇ ਨਾਲੇ, ਉਹਨਾਂ ਵੱਲੋਂ 200 ਰੁਪਏ ਪਿਆਰ ਆਪਣੇ ਜਥੇ ਨੂੰ ਆਇਆ ਹੈ। ਇੱਕ ਵੀਰ ਜੀ ਉੱਥੇ ਬੈਠੇ ਆ ਜਾ ਕੇ ਕਹਿ ਕੇ ਆਏ ਜਿਹੜੀ ਤੁਹਾਡੀ ਕਵਿਤਾ ਹੈ ਅੱਤਵਾਦੀ ਭਿੰਡਰਾਂ ਵਾਲਾ ਨਹੀਂ ਇਹ ਕਹੀ ਜਾਵੇ, ਇਹਦੇ ਨਾਲ ਇੱਕ ਲਹਿਰੀ ਆ ਛੰਦ ਤੇ ਇੱਕ ਇਹ ਦੋਵੇਂ ਕਵਿਤਾ ਤੁਹਾਡੀ ਸੇਵਾ ਵਿੱਚ ਅਸੀਂ ਕਹਿਣੀਆਂ। ਗਿਆਨੀ ਗੁਰਮੁਖ ਸਿੰਘ ਜੀ MA ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ, ਇਹ ਉਹ ਇਨਸਾਨ ਨੇ ਜਿਹੜੇ ਟੀ ਸਰੀਜ ਦੀ ਕੰਪਨੀ ਵਿੱਚ ਉਹਨਾਂ ਬੰਦਿਆਂ ਨੂੰ ਲੈ ਗਏ ਜਿਨ੍ਹਾਂ ਕਦੀ ਸਟੂਡੀਓ ਦਾ ਦਰਵਾਜ਼ਾ ਨਹੀਂ ਸੀ ਵੇਖਿਆ, ਹੁਣੇ ਹੁਣੇ ਨਿਊਜ਼ੀਲੈਂਡ ਤੋਂ ਹੈ, ਸਿੱਖੀ ਦਾ ਪ੍ਰਚਾਰ ਕਰਕੇ ਆਏ ਆ, ਉਹ ਉਸ ਜਥੇ ਨੇ ਤੁਹਾਡੀ ਸੇਵਾ ਵਿੱਚ ਆਉਣਾ। ਬਾਬਾ ਸਰਵਣ ਸਿੰਘ ਜੀ ਵੇਈ ਵਾਲੇ ਮਹਾਂਪੁਰਖ ਉਹਨਾਂ ਵੱਲੋਂ ਮਾਇਆ ਆਈ ਹੈ। MA ਸਾਹਿਬ ਮੇਰੇ ਵੱਡੇ ਭਾਜੀ ਹੈ, ਗੁਰ ਭਾਈ ਹੈ, ਜੋਗੀ ਸਾਹਿਬ ਦੇ ਨਾਲ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਸੇਵਾ ਕੀਤੀ ਹੈ। ਇਤਿਹਾਸ ਗਾ ਕੇ ਅੱਗੇ ਉਹਨਾਂ ਦੇ ਸਾਰੇ ਜਥੇ ਵੱਲੋਂ ਵੀਰ ਦਲਜੀਤ ਸਿੰਘ ਜੀ, ਰਣਜੀਤ ਸਿੰਘ ਜੀ, ਨਰਿੰਦਰ ਸਿੰਘ ਜੀ, ਜਗਰਾਜ ਸਿੰਘ ਜੀ,
ਸਾਰਿਆਂ ਵੱਲੋਂ ਮਾਇਆ ਆਈ ਹੈ। ਗੁਰੂ ਕੀ ਸੰਗਤ ਬੇਅੰਤੀ ਗੁਰੂ ਕੀ ਸੰਗਤ ਵੱਲੋਂ ਮਾਇਆ ਭੇਜੀ ਜਾ ਰਹੀ ਹੈ। ਆਓ ਬਾਬਾ ਜੀ ਬਾਬਾ ਅਮਰੀਕ ਸਿੰਘ ਸਾਹਿਬ ਖੁਦਰਾਇਣ ਵਾਲੇ ਮਹਾਂਪੁਰਖ ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਸਤਿਕਾਰਯੋਗ ਬਾਬਾ ਮਹਾਤਮ ਮੋਨੀ ਜੀ ਖੈੜਿਆਂ ਵਾਲੇ ਮਹਾਂਪੁਰਖ ਸੰਤ ਜੀ ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਬਾਬਾ ਜੀ ਲੰਮੇ ਸਮੇਂ ਤੋਂ ਇੱਥੇ ਸਟੇਜ ਤੇ ਕਈ ਘੰਟੇ ਚੌਂਕਣਾ ਜਿਨ੍ਹਾਂ ਦਾ ਸਿਮਰਨ ਸੇਵਾ ਉਹਨਾਂ ਵੱਲੋਂ ਬੇਅੰਤ ਆਸ਼ੀਰਵਾਦਾਂ ਹਮਰੇਕ ਜਦੋਂ ਵੀ ਆਈਏ ਇਸ ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਜਾਂਦਾ। ਆਓ ਜੀ ਸ਼੍ਰੀਮਾਨ ਸੰਤ ਇਹ ਸਾਡੇ ਬੜੇ ਪਿਆਰੇ ਵੀਰ ਬਲਬੀਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਹਰਜਿੰਦਰ ਸਿੰਘ ਜੀ ਨੰਗਲ ਸਪਰੌਰ ਵਾਲਿਆਂ ਦੇ ਨਾਲ ਇਹ ਸੇਵਾਵਾਂ ਨਿਭਾਉਂਦੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਮਾਇਆ ਅਰਦਾਸ ਕਰਾਉਂਦੇ ਆ ਵੀ ਭਾਈ ਬਲਬੀਰ ਸਿੰਘ ਜੀ ਉਹਨਾਂ ਦੇ ਡਰਾਈਵਰ ਸਾਹਿਬ। ਆਓ ਜੀ ਸਰਕਾਰ ਹਰ ਸਿੱਖੀ ਸਰਕਾਰ ਦੇ ਨਜ਼ਰ ਵਿੱਚ ਅੱਤਵਾਦੀ ਆ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੱਖ ਕੌਮ ਦਾ ਪ੍ਰਚਾਰ ਪ੍ਰਸਾਰ ਆਰੰਭ ਕੀਤਾ ਤੇ ਰਾਹ ਵਿੱਚ ਕਈ ਵਾਰ ਸਰਕਾਰ ਨੇ ਗੁਰਬਚਨੇ ਨਰਕ ਧਾਰੀ ਵਰਗੇ ਰੋੜੇ ਉਠਾਏ ਪਰ ਮਹਾਂਪੁਰਖਾਂ ਦਾ ਕਿਤੇ ਵੀ ਪਰਚਾ ਜਦੋਂ ਦਰਜ ਨਾ ਹੋਇਆ ਫਿਰ ਉਹਨਾਂ ਨੇ ਸ਼ਸਤਰ ਰੱਖੇ ਕਿ ਜਦੋਂ ਹੱਕ ਮਿਲੇ ਨਾ ਲੈਣੇ ਪੈਂਦੇ ਆ। ਸਰਕਾਰ ਨੇ ਆਖਿਆ ਭਿੰਡਰਾਂ ਵਾਲਾ ਅੱਤਵਾਦੀ ਆ ਉਹ ਤੇ ਲੋਕਾਂ ਨੂੰ ਨਿਆਂ ਦਵਾਉਂਦਾ ਸੀ ਕਿਸੇ ਨਾਲ ਧੱਕਾ ਹੁੰਦਾ ਉਹਦਾ ਇਨਸਾਫ ਕਰਾਉਂਦਾ ਸੀ ਤੇ ਸਰਕਾਰ ਨੂੰ ਜਵਾਬ ਹੈ ਅੱਤਵਾਦੀ ਉਹ ਹੁੰਦਾ ਜਿਹੜਾ ਕਿਸੇ ਨਾਲ ਧੱਕਾ ਕਰਦਾ ਜਿਹੜਾ ਕਤਲੇ ਆਮ ਕਰਦਾ ਹੈ ਜਿਹੜਾ ਹੱਕ ਖੋਹਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸਰਵੋਤਮ ਸ਼ਕਤੀ ਉਥੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਸੰਚਾਰ ਵਾਸਤੇ ਪਹੁੰਚੇ 55 ਪ੍ਰਾਣੀ ਅੱਜ ਗੁਰੂ ਵਾਲੇ ਕਲਗੀ ਵਾਲੇ ਦੇ ਪੁੱਤਰ ਤੇ ਧੀਆਂ ਬਣੇ ਆ ਉਹਨਾਂ ਨੂੰ ਵੀ ਵਧਾਈ ਆ ਤੇ ਪੰਜ ਪਿਆਰੇ ਸਹਿਬਾਨਾਂ ਦੇ ਸਤਿਕਾਰ ਵਿੱਚ ਇੱਕ ਜਕਾਰਾ ਗੱਜ ਕੇ ਜਕਾਰਾ ਗਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ। ਸਰਕਾਰ ਨੂੰ ਜਵਾਬ ਦਿੱਤਾ ਆ ਅੱਤਵਾਦੀ ਕੌਣ ਹੁੰਦਾ ਹੈ ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲਾ ਤੂੰ ਸਰਕਾਰ ਅੱਤਵਾਦੀ ਸੀ ਇੰਦਰਾ ਗਾਂਧੀ ਜਿਸਨੇ ਅਟੈਕ ਕਰਾਇਆ ਅੱਤਵਾਦੀ ਸੀ ਜਰਨਲ ਵੈਦਿਆ ਜਿਸਨੇ ਗੈਰ ਕਮਾਇਆ ਦੀਪ ਬਰਾੜ ਸੀ ਅੱਤਵਾਦੀ ਬੇਦੋਛੇ ਜਿਸਨੇ ਮਾਰੇ ਭਿੰਡਰਾਂ ਵਾਲਾ ਰੋਲੀ ਸੱਜਣ ਮਹਿਕਲ ਟਾਈਟਲ ਆ
ਫਸਲ ਸਾਡੀ ਦੇ ਮਨ ਦੀ ਮਰਜ਼ੀ ਕਰਦੇ ਕਿਉਂ ਵਪਾਰੀ ਪੁੱਤਾਂ ਵਾਂਗੂ ਬਾਲੀ ਰੁਲਦੀ ਮੰਡੀਆਂ ਵਿੱਚ ਵਿਚਾਰੀ ਫਿਰ ਕਵਿਤਾ ਕਹਿ ਕੇ ਖਿਮਾ ਮੰਗਾ। ਗ੍ਰੰਥੀ ਸਾਹਿਬ ਬਾਬਾ ਰਣਜੀਤ ਸਿੰਘ ਜੀ ਨੱਥੂ ਚਾਲ ਵਾਲੇ ਮਾਇਆ ਭੇਜਦੇ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਦਇਆ ਸਿੰਘ ਸਾਹਿਬ ਉਹਨਾਂ ਦੇ ਨਾਮ ਤੇ ਮਾਇਆ ਆਈ ਹੈ। ਛੋਟੇ ਬੱਚੇ ਕਵੀਸ਼ਰੀ ਕਰਦੇ ਆ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਾਇਆ ਆਈ। ਗਿਆਨੀ ਪ੍ਰਤਾਪ ਸਿੰਘ ਜੀ ਬਾਬਾ ਜੀ ਹੋਰਾਂ ਦੇ ਨਾਲ ਵੱਡੀਆਂ ਸੇਵਾਵਾਂ ਨਿਭਾ ਰਹੇ ਆ ਉਹਨਾਂ ਵੱਲੋਂ ਪਿਆਰ। ਹੋਰ ਗੁਰੂ ਕੀ ਸੰਗਤ ਵੱਲੋਂ ਜਗਰੂਪ ਸਿੰਘ ਕਾਲੋ ਕੇ ਭਈ ਇਹ ਮੁੰਡਾ ਇੰਨਾ ਮਿਹਨਤੀ 7 ਵਜੇ ਆਪਣੀ ਸ਼ੌਪ ਤੇ ਪਹੁੰਚਿਆ ਹੁੰਦਾ ਅਸੀਂ ਉਹਦੀ ਲੰਘਦੇ ਹਾਂ ਸਵੇਰੇ ਜਦੋਂ ਪ੍ਰੋਗਰਾਮ ਤੇ ਜਾਂਦੇ ਤੇ ਟਰੈਕਟਰ ਦੀ ਕਾਰ ਬਣਾ ਦਿੰਦਾ। ਕਾਬਲ ਸਿੰਘ ਮੈਨੂੰ ਕਹਿੰਦਾ 120 ਤੇ ਜਾਂਦਾ। ਮੈਂ ਕਿਹਾ ਮੈਂ ਇਦਾਂ ਨਹੀਂ ਮੰਨਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੋਲਣਾ ਮੈਂ ਜਗਰੂਪ ਸਿੰਘ ਗੋਰੇ ਨੂੰ ਆਵਾਜ਼ ਮਾਰ ਕੇ ਪੁੱਛਿਆ ਵੀ ਵਾਕਿਆ ਗੱਲ ਠੀਕ ਆ। ਕਹਿੰਦਾ ਭਾਜੀ ਮੈਂ ਰਾਤੀ ਅਰੇ ਚਲਾ ਕੇ ਦੱਸਿਆ ਬਣਾ ਕੇ ਦੱਸਿਆ। ਉਹ ਮੁੰਡਾ ਜਗਰੂਪ ਸਿੰਘ ਗੋਰਾ ਕਾਲੇ ਗਿਆ ਵਾਲਾ ਸਾਡਾ ਬੱਚਾ ਉਹ ਮਾਇਆ ਭੇਜਦਾ ਇੰਜੀਨੀਅਰ ਉਹਦੇ ਨਾਲ ਕੁਲਦੀਪ ਸਿੰਘ ਕੀਪਾ ਪ੍ਰਮੋਟਰ ਉਹ 200 ਰੁਪਏ ਭੇਜ ਕੇ ਗਏ ਆ। ਕੋਚ ਕਮਿਸ਼ਨਰ ਵੀ ਆ ਅਮਰਜੀਤ ਸਿੰਘ ਜੀ ਕੋਮਲ ਢੱਡਿਆਂ ਵਾਲੇ ਉਹਨਾਂ ਵੱਲੋਂ ਮਾਇਆ ਆਈ ਹੈ। ਆ ਸਾਡੇ ਵੀਰ ਜੀ ਛੋਟੇ ਭਚੰਗੀ ਸਿੰਘ ਵਿਦਿਆਰਥੀ ਸੈਟਰੀ ਦੀ ਵੱਡੀ ਜ਼ਿੰਮੇਵਾਰੀ ਜਥੇ ਸਾਰੇ ਉਹਨਾਂ ਨੇ ਭੁਗਤਾਉਣੇ ਹੁੰਦੇ ਆ ਤੇ ਜੇ ਅਸੀਂ ਵੱਧ ਘੱਟ ਟਾਈਮ ਲਾਈ ਜਾਵਾਂਗੇ ਫਿਰ ਗੱਲ ਨਹੀਂ ਬਣਦੀ। ਗੁਰਦਿਆਲ ਸਿੰਘ ਜੀ ਸਰਪੰਚ ਸਾਹਿਬ ਵਾਲੇ ਬਾਬਾ ਜੀ ਬਾਬਾ ਲੀਡਰ ਸਿੰਘ ਸਾਹਿਬ ਹੋਰਾਂ ਦੇ ਨਾਮ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ 500 ਰੁਪਏ ਪਿਆਰ ਭੇਜਦੇ ਨੇ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਰੱਖਣ। ਐਸੇ ਸਰਪੰਚ ਸਾਹਿਬ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਤੇ ਮਹਾਂਪੁਰਖਾਂ ਦੇ ਨਾਲ ਏਡਾ ਵੱਡਾ ਪਿਆਰ ਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਇਸ ਤਰ੍ਹਾਂ ਦੇ ਨੇਕ ਸਰਪੰਚ ਪਿੰਡਾਂ ਵਿੱਚ ਜਿਹੜੇ ਪਿੰਡਾਂ ਦੀ ਨਿਹਾਰ ਬਦਲ ਦਿਆ ਕਰਦੇ। ਹੋਰ ਗੁਰੂ ਕੀ ਸੰਗਤ ਵੱਲੋਂ ਸਾਡੇ ਬੜੇ ਪਿਆਰੇ ਯਾਨੀ ਰਤਨ ਸਿੰਘ ਜੀ
ਨੰਗਲ ਸਬਰੌੜ ਵਾਲੇ ਹੈਡ ਗ੍ਰੰਥੀ ਸਾਹਿਬ ਆ ਬਾਬਿਆਂ ਦੇ ਬਾਬਾ ਹਰਜਿੰਦਰ ਸਿੰਘ ਸਾਹਿਬ ਹੋਰੀ ਕਾਰ ਸੇਵਾ ਹਜ਼ੂਰ ਸਾਹਿਬ ਵਾਲਿਆਂ ਦੇ ਉੱਥੇ ਨਾਲ ਜਿਹੜੀ ਸੇਵਾ ਨਿਭਾਉਂਦੇ ਆ ਉਹਨਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ ਹੋਰ ਗੁਰੂ ਕੀ ਸੰਗਤ ਵੱਲੋਂ ਮਾਇਆ ਭੇਜੀ ਜਾ ਰਹੀ ਹੈ ਬਾਬਾ ਲੀਡਰ ਸਿੰਘ ਸਾਹਿਬ ਆ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਜਿਨ੍ਹਾਂ ਦਾ ਬਹੁਤ ਵੱਡਾ ਮੋਹ ਤੇ ਨੇੜੇ ਦਾ ਰਿਸ਼ਤਾ ਸੀ ਅਸੀਂ ਭਾਵੇਂ ਹਜ਼ੂਰ ਸਾਹਿਬ ਦੀ ਸਟੇਜ ਤੇ ਬੋਲਦੇ ਹੋਈਏ ਲੰਗਰ ਸਾਹਿਬ ਬਾਬਾ ਜੀ ਹੋਰਾਂ ਦੀ ਸਟੇਜ ਤੇ ਉੱਥੇ ਵੀ ਇਹਨਾਂ ਨੇ ਚੌਵਾਂ ਮਹਾਂਪੁਰਖਾਂ ਦੇ ਨਾਮ ਤੇ ਪੈਸੇ ਭੇਜਣੇ ਆ ਬਾਬਾ ਤੇਜਾ ਸਿੰਘ ਸਾਹਿਬ ਜੀ ਬਾਬਾ ਮਿਲਖਾ ਸਿੰਘ ਸਾਹਿਬ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਤੇ ਬਾਬਾ ਜਰਨੈਲ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਗੋਇੰਦਵਾਲ ਦੀ ਸਟੇਜ ਤੇ ਗੋਇੰਦਵਾਲ ਸਾਹਿਬ ਉਹਨਾਂ ਦੇ ਸੇਵਾਦਾਰ ਸਿੰਘ ਗਏ ਹੁੰਦੇ ਉਹ ਵੀ ਇਹਨਾਂ ਚੌਵਾਂ ਮਹਾਂਪੁਰਖਾਂ ਦੇ ਤੇ ਜਿਹੜੇ ਵੀ ਮੋਰਚੇ ਲੱਗਦੇ ਰਹੇ ਬਾਬਾ ਲੀਡਰ ਸਿੰਘ ਹੋਰਾਂ ਦੇ ਨਾਲ ਬਾਬਾ ਜੀ ਹੋਰਾਂ ਦਾ ਗੁਰਮਤਾ ਹੁੰਦਾ ਰਿਹਾ ਉਹ ਹਮੇਸ਼ਾ ਹੀ ਬਹੁਤ ਵੱਡਾ ਮੋਹ ਕਰਦੇ ਹੈ ਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੇ ਨਾਲ ਜਥੇ ਵਿੱਚ ਮੈਨੂੰ ਰਹਿਣ ਦਾ ਡੇਢ ਕੁ ਸਾਲ ਦਾ ਸੁਭਾਗ ਪ੍ਰਾਪਤ ਹੋਇਆ ਬੰਬੇ ਜਦੋਂ ਘੇਰਾ ਪਿਆ ਦਾਸ ਨਾਲ ਸੀ 30,000 ਦਾ ਘੇਰਾ ਤੇ ਬਾਬਾ ਜੀ ਅੰਮ੍ਰਿਤਸਰ ਆ ਗਏ ਸੀ ਉੱਥੇ ਉਦਾਂ ਹੀ ਘੇਰਾ ਪਿਆ ਰਿਹਾ ਜਦੋਂ ਦਿੱਲੀ ਗਏ ਬੰਬੇ ਜਾਣ ਤੋਂ ਪਹਿਲਾਂ ਦਿੱਲੀ ਗਏ ਸਾਂ ਜਥਾ ਦਿੱਲੀ ਗਿਆ ਤੇ ਉੱਥੇ ਸਵਾਲ ਕੀਤੇ ਕਿ ਬਾਬਾ ਜਰਨੈਲ ਸਿੰਘ ਹੋਣਾ ਨੇ ਸ਼ਸਤਰ ਰੱਖੇ ਆ ਤੇ ਸੰਤਾਂ ਦਾ ਕੰਮ ਆ ਪ੍ਰਚਾਰ ਕਰਨਾ ਤੇ ਤੁਸੀਂ ਸ਼ਸਤਰ ਰੱਖੇ ਬਾਬਾ ਜੀ ਕਹਿੰਦੇ ਵੀ ਰਾਤ ਨੂੰ ਗੱਲ ਕਰਾਂਗੇ ਦੀਵਾਨ ਸੱਜਣਾ ਫਿਰ ਸਾਰਿਆਂ ਨੂੰ ਪਤਾ ਲੱਗ ਜੂ ਹੁਣ ਕਹਾਣੀ ਲੰਮੀ ਹੋ ਜਾਣੀ ਆ ਬਾਬਾ ਜੀ ਹੋਣਾ ਨੇ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਔਰ ਮੀਰੀ ਪੀਰੀ ਦੇ ਮਾਲਕ ਨੇ ਜਦੋਂ ਦੋ ਤਲਵਾਰਾਂ ਕਿਉਂ ਧਾਰਨ ਕੀਤੀਆਂ ਫਿਰ ਦਸਵੇਂ ਪਾਤਸ਼ਾਹ ਨੇ ਲਾਜ਼ਮੀ ਕਰ ਦਿੱਤੇ ਸ਼ਸਤਰ ਨਾਲ ਮਾਲਾ ਦੇ ਫਿਰ ਉਸ ਤੋਂ ਬਾਅਦ ਚੰਦੋ ਕਲਾ ਸੀ ਜਥਾ ਭਿੰਡਰਾ ਨਾਲੇ ਸੰਤ ਵਿਚਾਰੇ ਕੀ ਦੱਸਾਂ ਜੋ ਮੰਗਤ ਭੱਠੀ ਕੀਤੇ ਖੂਨੀ ਕਾਰੇ ਗੁਰਬਚਨੇ ਨਰਕ ਧਾਰੀਏ ਨੇ ਜਿਹੜਾ ਜਲੂਸ ਕੱਢ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਤੇ ਸਿੰਘ ਨੂੰ ਰੋਕਣ ਗਏ ਸਾਡੇ ਧਰਮ ਚ ਦਖਲ ਨਾ ਦੇ ਗੋਲੀ ਚਲਾ ਕੇ 13 ਸ਼ਹੀਦ ਕਰ ਦਿੱਤੇ ਫਿਰ ਬਾਬਾ ਜੀ ਨੇ ਆਖਿਆ ਸ਼ਸਤ ਰੱਖਣੇ ਚਾਹੀਦੇ ਕਿ ਨਹੀਂ ਤੇ ਦੋਵੇਂ ਬਾਹਾਂ ਤਾਂ ਕਰਕੇ 5-7 ਮਿੰਟ ਯਕਾਰੇ ਹੀ ਗੂੰਜ ਦੇ ਰਹੇ ਤੇ ਮਹਾਂਪੁਰਖ ਡੱਕ ਕੇ ਕਹਿੰਦੇ ਖਾਲਸਾ ਜੀ ਸਾਨੂੰ ਇਕੱਲਿਆਂ ਨੂੰ ਲੋੜ ਨਹੀਂ ਸ਼ਸਤਰ ਰੱਖਣ ਦੀ ਸਮਾਂ ਮੰਗ ਕਰਦਾ ਜੇ ਆਪਣੇ ਘਰਾਂ ਵਿੱਚ ਸ਼ਸਤਰ ਰੱਖੋ ਛਵੀਆਂ ਰੱਖੋ ਤਲਵਾਰਾਂ ਰੱਖੋ ਰਿਵਾਲਵਰਾਂ ਦੇ ਲਾਇਸੈਂਸ ਬਣਾ ਕੇ ਰੱਖੋ ਸਮਾਂ ਇਹ ਮੰਗ ਕਰਦਾ ਹੈ ਇਹ ਕਿਸੇ ਨੂੰ ਮਾਰਨ ਵਾਸਤੇ ਨਹੀਂ ਇਹ ਆਪਣੀ ਰੱਖਿਆ ਵਾਸਤੇ ਪਰ ਮੰਨੇ ਨਹੀਂ ਸੀ ਦਿੱਲੀ ਮੈਂ ਬੇਨਤੀ ਕਰ ਰਿਹਾ ਸੀ ਮੋਰਚਾ ਚੱਲ ਰਿਹਾ ਸੀ ਹਰਬੰਸ ਲਾਲ ਖੰਨੇ ਨੇ ਇੱਕ ਜਲੂਸ ਕੱਢਿਆ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਨਾਰਾ ਦਿੱਤਾ ਕਸ਼ ਕਰਾ ਗੰਗਾ ਕਿਰਪਾਨ ਸਮਾਂ ਤੇ ਜਾਨ ਉਠਾ ਕੇ ਭੇਜ ਦੇਵਾਂਗੇ ਪਾਕਿਸਤਾਨ ਇੱਥੇ ਬਸ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਮਾਡਲ ਸਟੇਸ਼ਨ ਤੇ ਲੱਗਾ ਸੀ ਤੋੜ ਕੇ ਥੱਲੇ ਸੁੱਟ ਕੇ ਉੱਤੇ ਨੱਚਦੇ ਸੀ ਇੱਕ ਗੁਰੂ ਕੇ ਲਾਲ ਨੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਹੱਥੋਂ ਪਾਈ ਹੋਏ ਉਹਦੀ ਦਸਤਾਰ ਲੱਥ ਗਈ ਖੰਨਾ ਲੈ ਗਿਆ ਉਸ ਵੇਲੇ ਦੇ ਲੀਡਰਾਂ ਨੂੰ ਬੇਨਤੀ ਕੀਤੀ ਦਸਤਾਰ ਮੰਗਾ ਦਿਓ 4 ਦਿਨ ਲੰਘ ਦਸਤਾਰ ਨਾ ਆਈ 5ਵੇਂ ਦਿਨ ਬਾਬਾ ਜਰਨੈਲ ਸਿੰਘ ਦੇ ਕੋਲ ਜਾ ਕੇ ਬੇਨਤੀ ਕੀਤੀ ਬਾਬਾ ਜੀ ਰੋਮਾਂਚੀ ਆ ਗਏ ਉਹ ਸਾਡੀ ਜ਼ਿੰਦਗੀ ਵੀ ਕਾਹਦੀ ਆ ਜੇ
ਉਹ ਸਾਡੀਆਂ ਪੱਗਾਂ ਸਾਡੇ ਘਰ ਵਿੱਚ ਲੱਥਣ। ਅਣਖ ਦਾ ਜੂਣ ਮਰਦਾਂ ਦੀ ਮੌਤ ਥੋੜੇ ਦਿਨ ਚੰਗੀ ਹੋਇਆ ਕਰਦੀ ਆ। ਬਾਬਾ ਜੀ ਮਾਈਕ ਤੇ ਆਏ, ਦੀਵਾਨ ਹਰਗੋਬਿੰਦ ਮੰਜੀ ਸਾਹਿਬ ਆਖਿਆ ਖੰਨਿਆ ਇਹ ਸਿੰਘ ਦੀ ਦਸਤਾਰ ਸ਼ਾਮਾਂ ਤੋਂ ਪਹਿਲਾਂ ਇੱਥੇ ਆ ਜਾਣੀ ਚਾਹੀਦੀ ਆ। ਦੋ ਘੰਟੇ ਬਣਾ ਲੰਘੇ ਜਿਹੜੀ ਚਾਰ ਦਿਨ ਦਸਤਾਰ ਨਹੀਂ ਸੀ ਆਈ ਆ ਗਈ ਤੇ ਫਿਰ ਜਿਹਦੀ ਦਸਤਾਰ ਲੱਥੀ ਹੁੰਦੀ ਆ ਸਮਾਨ ਥੱਲੇ ਮਰੀਜ਼ ਦਵਾਈ ਲੈਂਦੇ ਸੀ। ਇਹਨਾਂ ਆਖਿਆ ਕੋਈ ਨੀ ਵਿਹਲਾ, ਜਦੋਂ ਵਿਹਲਾ ਆਇਆ ਸ਼ਟਰ ਨੂੰ ਹੱਥ ਪਾਉਣ ਲੱਗਾ, ਕਹਿਣ ਲੱਗੇ ਡਾਕਟਰ ਸਾਹਿਬ ਠਹਿਰ ਜਾਓ। ਕਹਿੰਦਾ ਜਦੋਂ ਇਹ ਲੱਗਾ ਆਪਣੇ ਡੱਬਿਆਂ ਨੂੰ ਪੱਤਿਆਂ ਨੂੰ ਹੱਥ ਮਾਰਨ, ਮਰਦਾਂ ਨੇ ਵੇਖਿਆ ਸ਼ਿਕਾਰ ਮਾਰ ਹੇਠਾ ਕੰਨ ਮੈਂ ਵੀ ਇਹਦਾ ਉੱਥੇ ਸੀ। ਇਹਨਾਂ ਆਖਿਆ ਡਾਕਟਰ ਸਾਹਿਬ ਦਵਾਈ ਉਹ ਦਿਓ। ਪਛਾਣ ਮੂੰਹ ਕਰਕੇ ਕਹਿੰਦਾ ਕਿਹੜੀ ਖਾਓਗੇ ਤੁਸੀਂ ਤੇ ਰਾਮ ਫੇਰ ਆਉਣਾ। ਕਹਿੰਦਾ ਮੈਨੂੰ ਪਹਿਲਾਂ ਪਤਾ ਲੱਗ ਗਿਆ ਵੀ ਤੁਸੀਂ ਕਮਲੇ ਜੇ, ਪਰ ਮੈਨੂੰ ਹੁਣ ਤੇ ਸ਼ੱਕ ਜਿਹੜਾ ਸੀ ਉਹ ਗੁੰਜਾਇਸ਼ ਰਹੀ ਨਹੀਂ, ਇਹੋ ਜਿਹੀ ਕੋਈ ਦਵਾਈ ਨਹੀਂ ਖਾਵੇ ਹੋਰ ਕੋਈ ਤੇ ਰਾਮ ਕਿਸੇ ਹੋਰ ਨੂੰ ਖਾਵੇ, ਇਹ ਨਹੀਂ ਬਣੀ। ਉਹ ਕਹਿੰਦੇ ਬਣ ਗਈ ਆ, ਇਹਨਾਂ ਨੇ ਚੁੱਕੀਆਂ ਚਾਦਰਾਂ ਨਿਕਲੀਆਂ ਬੰਦੇ ਖਾਣੀਆਂ ਕਰਕੇ ਦੀ ਇੱਕ ਵੱਲ ਮਾਰ ਕੇ ਭ੍ਰਿਸ਼ਟ ਗਨਮੈਨ ਭੱਜਣ ਲੱਗਾ। ਕਹਿਣ ਲੱਗੇ ਨਹੀਂ ਨਹੀਂ ਇਹਦੇ ਗੜੀ ਮੋਚ ਕਿੰਨੇ ਰੱਖਣਾ, ਨਾਲ ਤੋਰ ਤੋਂ ਬਣੇ ਤੇ ਚਲੇ ਗਏ। ਅਗਲੇ ਦਿਨ ਖਬਰ ਆਉਂਦੀ ਦੋ ਕਿੱਥੋਂ ਆਏ ਕੋਈ ਪਤਾ ਨਹੀਂ, ਹਰਬੰਸ ਲਾਲ ਖੰਨੇ ਦਾ ਉਹਦੇ ਗਨਮੈਨ ਦਾ ਗੁੱਗਾ ਪੂਜ ਕੇ ਚਲੇ ਗਏ। ਕਿੱਧਰ ਗਏ ਕੋਈ ਵੀ ਪਤਾ ਨਹੀਂ। ਸੀਆਈਡੀ ਰਿਪੋਰਟ ਦਿੱਲੀ ਵਿੱਚ ਜਾ ਕੇ ਜਿਹੜੀ ਸੀਆਈਡੀ ਦਿੰਦੀ ਆ ਉਹ ਇੰਨਾ ਅੱਖਰ ਵਿੱਚ ਆਇਆ ਕਰੇ ਸੀ ਲਿਖਦੀ ਰਿਪੋਰਟ ਹੈ ਹੱਕ ਲੈਣ ਲਈ ਨਗਾਰੇ ਲਾਉਂਦਾ ਚੋਟ ਹੈ
ਉਹ ਅਸੀਂ ਸੈਕਟਰੀ ਸਾਹਿਬ ਨੂੰ ਛੱਡਦੇ ਹਾਂ। ਗੁਰੂ ਕੀ ਸੰਗਤ ਵੱਲੋਂ ਬੇਅੰਤ ਮਾਮਲੇ ਬਾਬਾ ਜੀ ਬਾਬਾ ਲੀਡਰ ਸਿੰਘ ਸਾਹਿਬ ਹੋਰਾਂ ਵੱਲੋਂ 2100 ਰੁਪਏ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਸਾਹਿਬ, ਸੰਤ ਬਾਬਾ ਮਿਲਖਾ ਸਿੰਘ ਸਾਹਿਬ, ਸੰਤ ਬਾਬਾ ਦਇਆ ਸਿੰਘ ਸਾਹਿਬ, ਸੰਤ ਬਾਬਾ ਜਰਨੈਲ ਸਿੰਘ ਸਾਹਿਬ ਭਿੰਡਰਾਂ ਵਾਲੇ, ਸਾਰੇ ਮਹਾਂਪੁਰਖਾਂ ਦੇ ਨਾਮ ਤੇ 2100 ਰੁਪਏ ਸਪੈਸ਼ਲ ਜਥੇ ਨੂੰ ਪਿਆਰ ਉਹਨਾਂ ਵੱਲੋਂ ਆਇਆ ਹੈ। ਅਸੀਂ ਧੰਨਵਾਦ ਕਰਦੇ ਹਾਂ ਮਹਾਰਾਜ ਚੜ੍ਹਦੀ ਕਲਾ ਰੱਖਣ ਦਾ। ਭੈਣ ਜੀ ਅਰਦਾਸ ਕਰਾਉਂਦੇ ਰੀਤਮ ਸਿੰਘ ਬੇਟਾ ਸਪੇਨ ਵਿੱਚ ਪੱਕਾ ਹੋ ਜਾਵੇ। ਸਾਊਂਡ ਬਹੁਤ ਵਧੀਆ ਲਾਈਵ ਵਾਲੇ ਵੀਰ ਗੁਰੂ ਕੇ ਸੰਗਤ ਪ੍ਰਬੰਧਕ ਮਹਾਂਪੁਰਖ ਸੈਟਰੀ ਸਾਹਿਬ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਆਖੋ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ ਭਲਾ। ਗਿਆਨੀ ਮਹਿੰਦਰ ਸਿੰਘ ਜੀ ਰਤਨਗੜ੍ਹ ਵਾਲੇ ਪੁਰਾਣੇ ਕਵੀਸ਼ਰ ਬਜ਼ੁਰਗ ਉਹਨਾਂ ਵੱਲੋਂ ਮਾਇਆ ਆਈ ਆ। ਗੁਰੂ ਸਾਹਿਬਾਂ ਦਾ ਕੋਟਨ ਕੋਟ ਸ਼ੁਕਰ ਕਰਦੇ ਕੋਮਲ ਸੋਹੀ ਭਰਾ ਮਹਿਤੀ ਹੈ ਤੁਹਾਡੀ ਸੇਵਾ ਵਿੱਚ ਇਤਿਹਾਸ ਕਹਿੰਦੇ ਆ ਕੋਈ ਭੁੱਲ ਕਰਕੇ ਹੋਵੇ ਤੇ ਖਿਮਾ ਮੰਗਦੇ ਆ ਆਗਿਆ ਮੰਗਦੇ ਆ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਵਿੱਚ ਦਿੱਤਾ ਬਦਲ ਮਾਹੌਲ ਜੀ।
ਪੰਥ ਗੁਰੂ ਖਾਲਸਾ ਜੀ ਹਾਜ਼ਰੀ ਪ੍ਰਵਾਨ ਕਰੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾ ਕੇ ਦਾਸਾਂ ਨੂੰ ਇਤਿਹਾਸ ਵਿੱਚੋਂ ਕੁਝ ਪੱਤਰੇ ਸਾਂਝੇ ਕਰਨ ਵਾਸਤੇ ਬਲ ਬਖਸ਼ੋ। ਝੁਕਾਓ ਮਹਾਰਾਜ ਨੂੰ ਸੀਸ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਲੀਡਰ ਸਿੰਘ ਸਾਹਿਬ ਜੀ, ਵੱਡੀਆਂ ਜ਼ਿੰਮੇਵਾਰੀਆਂ ਵੱਡੇ ਕਾਰਜ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਜਵਾਨੀ ਨੂੰ ਰੱਬ ਦੇ ਨਾਲ ਜੋੜਨ ਵਾਸਤੇ ਵੱਡੇ ਕਾਰਜ ਵੱਡੇ ਗੁਰਮਤ ਸਮਾਗਮ ਜੋੜ ਮੇਲੇ ਵਡਿਆਲੇ ਚੱਲ ਰਹੇ ਨੇ ਉਹਨਾਂ ਵੱਲੋਂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੋਹਣਿਆਂ ਦੇ ਸੁਲਤਾਨ ਸਤਿਗੁਰੂ ਤਿਨਾਂ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਮਹਾਂਪੁਰਖਾਂ ਵੱਲੋਂ ਹਰ ਸਾਲ ਬੜੇ ਅਦਬ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ। ਆਪ ਵੱਖ ਵੱਖ ਜਥਿਆਂ ਦੇ ਕੋਲੋਂ ਗੁਰੂ ਕਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ। 30 ਮਿੰਟ ਸਾਡੇ ਹਿੱਸੇ ਸਮਾਂ ਆਇਆ ਜਿਹੜਾ ਪ੍ਰਬੰਧਕਾਂ ਨੇ ਸੈਕਟਰੀ ਸਾਹਿਬ ਹੋਰਾਂ ਨੇ ਅਨਾਊਂਸ ਕਰ ਦਿੱਤਾ ਹੈ। 30 ਮਿੰਟਾਂ ਦੇ ਵਿੱਚ ਦੋ ਤੋਤਾਵਾਂ ਆਪ ਜੀ ਦੀ ਸੇਵਾ ਵਿੱਚ ਕਹਿ ਕੇ ਅਸੀਂ ਖਿਮਾ ਮੰਗ ਲੈਣੀ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਜਿਨ੍ਹਾਂ ਨੂੰ ਹੁਣੇ ਹੁਣੇ 1,97,000 ਵੋਟ ਦੇ ਨਾਲ ਲੀਡ ਦੇ ਨਾਲ ਜਿਤਾਇਆ ਹੈ। ਪਿਛਲੇ ਰਾਮੇ ਲਾ ਦਿੱਤੇ ਹੈ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਤਰਸੇਮ ਸਿੰਘ ਜੀ, ਉਹ ਆਏ ਨੇ ਜੀ ਆਇਆ ਆਖਦੇ ਆ, ਪਿੰਡ ਪਿੰਡ ਸ਼ਹਿਰ ਸ਼ਹਿਰ ਆ ਕੇ ਭੈਣ ਜੀ ਹੋਰੇ ਵੀ ਭਾਜੀ ਹੋਰੇ ਵੀ ਸੰਗਤਾਂ ਦਾ ਧੰਨਵਾਦ ਕਰ ਰਹੇ ਆ। ਉਹਨਾਂ ਵੱਲੋਂ 200 ਰੁਪਏ ਜਥੇ ਨੂੰ ਪਿਆਰ ਭੇਜਿਆ ਗਿਆ, ਅਸੀਂ ਧੰਨਵਾਦ ਕਰਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਰਿਹਾਈ ਕਰਾਉਣ, ਬੰਦ ਖਲਾਸੀ ਕਰਾਉਣ। ਸਤਿਕਾਰਯੋਗ ਬਾਬਾ ਜੀ ਨਾਲੇ ਜਲ ਪਾਣੀ ਵੀ ਛਕਾ ਰਹੇ ਸੀ ਮਹਾਂਪੁਰਖ ਦੇ ਨਾਲੇ, ਉਹਨਾਂ ਵੱਲੋਂ 200 ਰੁਪਏ ਪਿਆਰ ਆਪਣੇ ਜਥੇ ਨੂੰ ਆਇਆ ਹੈ। ਇੱਕ ਵੀਰ ਜੀ ਉੱਥੇ ਬੈਠੇ ਆ ਜਾ ਕੇ ਕਹਿ ਕੇ ਆਏ, ਜਿਹੜੀ ਤੁਹਾਡੀ ਕਵਿਤਾ ਹੈ ਅੱਤਵਾਦੀ ਭਿੰਡਰਾਂ ਵਾਲਾ ਨਹੀਂ ਇਹ ਕਹੀ ਜਾਵੇ, ਇਹਦੇ ਨਾਲ ਇੱਕ ਲਹਿਰੀ ਆ ਛੰਦ ਤੇ ਇੱਕ ਇਹ ਦੋਵੇਂ ਕਵਿਤਾ ਤੁਹਾਡੀ ਸੇਵਾ ਵਿੱਚ ਅਸੀਂ ਕਹਿਣੀਆਂ। ਗਿਆਨੀ ਗੁਰਮੁਖ ਸਿੰਘ ਜੀ MA ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ, ਇਹ ਉਹ ਇਨਸਾਨ ਨੇ ਜਿਹੜੇ ਟੀ ਸਰੀਜ ਦੀ ਕੰਪਨੀ ਵਿੱਚ ਉਹਨਾਂ ਬੰਦਿਆਂ ਨੂੰ ਲੈ ਗਏ ਜਿਨ੍ਹਾਂ ਕਦੀ ਸਟੂਡੀਓ ਦਾ ਦਰਵਾਜ਼ਾ ਨਹੀਂ ਸੀ ਵੇਖਿਆ, ਹੁਣੇ ਹੁਣੇ ਨਿਊਜ਼ੀਲੈਂਡ ਤੋਂ ਸਿੱਖੀ ਦਾ ਪ੍ਰਚਾਰ ਕਰਕੇ ਆਏ ਆ, ਉਹ ਉਸ ਜਥੇ ਨੇ ਤੁਹਾਡੀ ਸੇਵਾ ਵਿੱਚ ਆਉਣਾ। ਬਾਬਾ ਸਰਵਣ ਸਿੰਘ ਜੀ ਵੇਈ ਵਾਲੇ ਮਹਾਂਪੁਰਖ ਉਹਨਾਂ ਵੱਲੋਂ ਮਾਇਆ ਆਈ ਹੈ। MA ਸਾਹਿਬ ਮੇਰੇ ਵੱਡੇ ਭਾਜੀ ਹੈ, ਗੁਰ ਭਾਈ ਹੈ, ਜੋਗੀ ਸਾਹਿਬ ਦੇ ਨਾਲ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਸੇਵਾ ਕੀਤੀ ਹੈ। ਇਤਿਹਾਸ ਗਾ ਕੇ ਅੱਗੇ ਉਹਨਾਂ ਦੇ ਸਾਰੇ ਜਥੇ ਵੱਲੋਂ ਵੀਰ ਦਲਜੀਤ ਸਿੰਘ ਜੀ, ਰਣਜੀਤ ਸਿੰਘ ਜੀ, ਨਰਿੰਦਰ ਸਿੰਘ ਜੀ, ਜਗਰਾਜ ਸਿੰਘ ਜੀ ਸਾਰਿਆਂ ਵੱਲੋਂ ਮਾਇਆ ਆਈ ਹੈ। ਗੁਰੂ ਕੀ ਸੰਗਤ
ਬੇਅੰਤੀ ਗੁਰੂ ਕੀ ਸੰਗਤ ਵੱਲੋਂ ਮਾਇਆ ਭੇਜੀ ਜਾ ਰਹੀ ਹੈ। ਆਓ ਬਾਬਾ ਜੀ ਬਾਬਾ ਅਮਰੀਕ ਸਿੰਘ ਸਾਹਿਬ ਖਦਰਾਇਣ ਵਾਲੇ ਮਹਾਂਪੁਰਖ ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਸਤਿਕਾਰਯੋਗ ਬਾਬਾ ਮਹਾਤਮ ਮੋਨੀ ਜੀ ਖੜਿਆਂ ਵਾਲੇ ਮਹਾਂਪੁਰਖ ਸੰਤ ਜੀ ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਬਾਬਾ ਜੀ ਲੰਮੇ ਸਮੇਂ ਤੋਂ ਇੱਥੇ ਸਟੇਜ ਤੇ ਕਈ ਘੰਟੇ ਚੌਂਕੜਾ ਜਿਨ੍ਹਾਂ ਦਾ ਸਿਮਰਨ ਸੇਵਾ ਉਹਨਾਂ ਵੱਲੋਂ ਬੇਅੰਤ ਆਸ਼ੀਰਵਾਦਾਂ ਹਮਰੇ ਜਦੋਂ ਵੀ ਆਈਏ ਇਸ ਜਥੇ ਦੇ ਸਿਰ ਤੇ ਮੇਰ ਭਰੇ ਹੱਥ ਰੱਖਿਆ ਜਾਂਦਾ। ਆਓ ਜੀ ਸ਼੍ਰੀਮਾਨ ਸੰਗ ਇਹ ਸਾਡੇ ਬੜੇ ਪਿਆਰੇ ਵੀਰ ਬਲਬੀਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਹਰਜਿੰਦਰ ਸਿੰਘ ਜੀ ਨੰਗਲ ਸਪਰੌਰ ਵਾਲਿਆਂ ਦੇ ਨਾਲ ਇਹ ਸੇਵਾਵਾਂ ਨਿਭਾਉਂਦੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਮਾਇਆ ਅਰਦਾਸ ਕਰਾਉਂਦੇ ਆ ਵੀ ਭਾਈ ਬਲਬੀਰ ਸਿੰਘ ਜੀ ਉਹਨਾਂ ਦੇ ਡਰਾਈਵਰ ਸਾਹਿਬ। ਆਓ ਜੀ ਸਰਕਾਰ ਹਰ ਸਿੱਖੀ ਸਰਕਾਰ ਦੇ ਨਜ਼ਰ ਵਿੱਚ ਅੱਤਵਾਦੀ ਆ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੱਖ ਕੌਮ ਦਾ ਪ੍ਰਚਾਰ ਪ੍ਰਸਾਰ ਆਰੰਭ ਕੀਤਾ ਤੇ ਰਾਹ ਵਿੱਚ ਕਈ ਵਾਰ ਸਰਕਾਰ ਨੇ ਗੁਰਬਚਨੇ ਨਰਕ ਧਾਰੀ ਵਰਗੇ ਰੋੜੇ ਉਠਾਏ ਪਰ ਮਹਾਂਪੁਰਖਾਂ ਦਾ ਕਿਤੇ ਵੀ ਪਰਚਾ ਜਦੋਂ ਦਰਜ ਨਾ ਹੋਇਆ ਫਿਰ ਉਹਨਾਂ ਨੇ ਸ਼ਸਤਰ ਰੱਖੇ ਕਿ ਜਦੋਂ ਹੱਕ ਮਿਲੇ ਨਾ ਲੈਣੇ ਪੈਂਦੇ ਆ। ਸਰਕਾਰ ਨੇ ਆਖਿਆ ਭਿੰਡਰਾਂ ਵਾਲਾ ਅੱਤਵਾਦੀ ਆ ਉਹ ਤੇ ਲੋਕਾਂ ਨੂੰ ਨਿਆਂ ਦਵਾਉਂਦਾ ਸੀ ਕਿਸੇ ਨਾਲ ਧੱਕਾ ਹੁੰਦਾ ਉਹਦਾ ਇਨਸਾਫ ਕਰਵਾਉਂਦਾ ਸੀ ਤੇ ਸਰਕਾਰ ਨੂੰ ਜਵਾਬ ਹੈ ਅੱਤਵਾਦੀ ਉਹ ਹੁੰਦਾ ਜਿਹੜਾ ਕਿਸੇ ਨਾਲ ਧੱਕਾ ਕਰਦਾ ਜਿਹੜਾ ਕਤਲੇਆਮ ਕਰਦਾ ਹੈ ਜਿਹੜਾ ਹੱਕ ਖੋਹਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸਰਵੋਤਮ ਸ਼ਕਤੀ ਉਥੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਸੰਚਾਰ ਵਾਸਤੇ ਪਹੁੰਚੇ 55 ਪ੍ਰਾਣੀ ਅੱਜ ਗੁਰੂ ਵਾਲੇ ਕਲਗੀ ਵਾਲੇ ਦੇ ਪੁੱਤਰ ਤੇ ਧੀਆਂ ਬਣੇ ਆ ਉਹਨਾਂ ਨੂੰ ਵੀ ਵਧਾਈ ਆ ਤੇ ਪੰਜ ਪਿਆਰੇ ਸਹਿਬਾਨਾਂ ਦੇ ਸਤਿਕਾਰ ਵਿੱਚ ਇੱਕ ਜਕਾਰਾ ਗੱਜ ਕੇ ਜਕਾਰਾ ਗਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ। ਸਰਕਾਰ ਨੂੰ ਜਵਾਬ ਦਿੱਤਾ ਆ ਅੱਤਵਾਦੀ ਕੌਣ ਹੁੰਦਾ ਹੈ ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲਾ ਤੂੰ ਸਰਕਾਰ ਅੱਤਵਾਦੀ ਸੀ ਇੰਦਰਾ ਗਾਂਧੀ ਜਿਸਨੇ ਅਟੈਕ ਕਰਾਇਆ ਅੱਤਵਾਦੀ ਸੀ ਜਰਨਲ ਵੈਦਿਆ ਜਿਸਨੇ ਗੈਰ ਕਮਾਇਆ ਇੱਕ ਬੁਰਾੜ ਸੀ ਅੱਤਵਾਦੀ ਮੈਂ ਪੁੱਛੇ ਜਿਸਨੇ ਮਾਰੇ ਭਿੰਡਰਾਂ ਵਾਲਾ ਦਿੱਲੀ ਦੇ ਜੂਦੇ ਸਾੜੇ ਪਤਕੀਆਂ ਦੀ ਰੋਲੀ ਸੱਜਣ ਮਹਿਕਲ ਟਾਈਟਲਾਰ ਨੇ ਸੱਜਣ ਮਹਿਕਲ ਟਾਈਟਲਾਰ ਨੇ
ਸਿੱਖ ਤੇ ਹਿੰਦੂ ਇਨਾ ਹੀ ਮਾਰੇ ਇਨਾ ਹੀ ਫੂਕੀਆਂ ਬੱਸਾਂ ਅਸਬੀ ਗੱਲ ਦੇਖਣ ਤੇ ਕਿਤੇ ਪੁੱਠੇ ਤਾਰੇ ਭਿੰਡਰਾ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰ ਅੱਤਵਾਦੀ ਨੇ ਕੁਰਸੀ ਲਈ ਜੋ ਕਤਲਾ ਗਾਰਦ ਕਰਦੇ ਕਾਲੇ ਧਨ ਨੂੰ ਇਕੱਠਾ ਸੈਸ ਬੈਂਕ ਨੂੰ ਭਰ ਦੇ ਵੋਟਾਂ ਲੈ ਕੇ ਸਾਨੂੰ ਧੂਰਦੀਏ ਬਦਕਾਰੇ ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰ ਸਾਡੀ ਤੇ ਮਨ ਦੀ ਮਰਦੀ ਫਸਲ ਸਾਡੀ ਤੇ ਮਨ ਦੀ ਮਰਜ਼ੀ ਕਰਦੇ ਕਿਉਂ ਵਪਾਰੀ ਪੁੱਤਾਂ ਵਾਂਗੂ ਬਾਲੀ ਰੁਲਦੀ ਮੰਡੀਆਂ ਵਿੱਚ ਉਚਾਰੀ ਸੰਤਾਂ ਨੇ ਤਾਂ ਹੱਕ ਮੰਗੇ ਸੀ ਚੜਕ ਤੇਰੇ ਪਾਰੇ ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰ ਕਦੇ ਨੀ ਭੁੱਲਣੀਆਂ ਲੱਜ ਚੁਰਾਸੀ ਵਾਲੀਆਂ ਜੋ ਤੂੰ ਅੱਗਾਂ ਨਾਲ ਧੋ ਸਭ ਦੱਸ ਕੇ ਲਾਈਆਂ ਲੱਜ ਚੁਰਾਏ ਪੱਗਾਂ ਹਰ ਪਾਲਨ ਛੱਡਣੇ ਕੌਮ ਦੇ ਦੁਸ਼ਮਣ ਸਾਰੇ ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰ ਆ ਕੁਝ ਅਰਦਾਸ ਆਏ ਕਹਿ ਕੇ ਫਿਰ ਕਵਿਤਾ ਕਹਿ ਕੇ ਖਿਮਾ ਮੰਗਾ ਗ੍ਰੰਥੀ ਸਾਹਿਬ ਬਾਬਾ ਰਣਜੀਤ ਸਿੰਘ ਜੀ ਨੱਥੂ ਚਾਲ ਵਾਲੇ ਮਾਇਆ ਭੇਜਦੇ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਦਇਆ ਸਿੰਘ ਸਾਹਿਬ ਉਹਨਾਂ ਦੇ ਨਾਮ ਤੇ ਮਾਇਆ ਆਈ ਹੈ ਛੋਟੇ ਬੱਚੇ ਕਵੀਸ਼ਰੀ ਕਰਦੇ ਆ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਾਇਆ ਆਈ ਗਿਆਨੀ ਪ੍ਰਤਾਪ ਸਿੰਘ ਜੀ ਬਾਬਾ ਜੀ ਹੋਰਾਂ ਦੇ ਨਾਲ ਵੱਡੀਆਂ ਸੇਵਾਵਾਂ ਨਿਭਾ ਰਹੇ ਆ ਉਹਨਾਂ ਵੱਲੋਂ ਪਿਆਰ ਹੋਰ ਗੁਰੂ ਕੀ ਸੰਗਤ ਵੱਲੋਂ ਜਗਰੂਪ ਸਿੰਘ ਕਾਲੇ ਕੇ ਪਈਏ ਮੁੰਡਾ ਇੰਨਾ ਮਿਹਨਤੀ 7 ਵਜੇ ਆਪਣੀ ਸ਼ੌਪ ਤੇ ਪਹੁੰਚਿਆ ਹੁੰਦਾ ਅਸੀਂ ਆਉਂਦੀ ਲੰਘਦੇ ਹਾਂ ਸਵੇਰੇ ਜਦੋਂ ਪ੍ਰੋਗਰਾਮ ਤੇ ਜਾਂਦੇ ਤੇ ਟਰੈਕਟਰ ਦੀ ਕਾਰ ਬਣਾ ਦਿੰਦਾ ਕਾਬਲ ਸਿੰਘ ਮੈਨੂੰ ਕਹਿੰਦਾ 120 ਤੇ ਜਾਂਦਾ ਮੈਂ ਕਿਹਾ ਮੈਂ ਇਦਾਂ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੋਲਣਾ ਮੈਂ ਜਗਰੂਪ ਸਿੰਘ ਗੋਰੇ ਨੂੰ ਆਵਾਜ਼ ਮਾਰ ਕੇ ਪੁੱਛਿਆ ਵੀ ਵਾਕਿਆ ਗੱਲ ਠੀਕ ਆ ਕਹਿੰਦਾ ਭਾਜੀ ਮੈਂ ਰਾਤੀ ਇਹਦੇ ਚਲਾ ਕੇ ਦੱਸਿਆ ਬਣਾ ਕੇ ਦੱਸਿਆ ਉਹ ਮੁੰਡਾ ਜਗਰੂਪ ਸਿੰਘ ਗੋਰਾ ਕਾਲੇ ਕਿਆਂ ਵਾਲਾ ਸਾਡਾ ਬੱਚਾ ਉਹ ਮਾਇਆ ਭੇਜਦਾ ਇੰਜੀਨੀਅਰ ਉਹਦੇ ਨਾਲ ਕੁਲਦੀਪ ਸਿੰਘ ਕੀਪਾ ਪ੍ਰਮੋਟਰ ਉਹ 200 ਰੁਪਏ ਭੇਜ ਕੇ ਗਏ ਆ ਕੋਚ ਕਮਿਸ਼ਨਰ ਵੀ ਆ ਅਮਰਜੀਤ ਸਿੰਘ ਜੀ ਕੋਮਲ ਢੱਡਿਆਂ ਵਾਲੇ ਉਹਨਾਂ ਵੱਲੋਂ ਮਾਇਆ ਆਈ ਹੈ ਆ ਸਾਡੇ ਵੀਰ ਜੀ ਛੋਟੇ ਭਚੰਗੀ ਸਿੰਘ ਵਿਦਿਆਰਥੀ ਅੱਛਾ ਛੱਡਦੀ 3 ਹੀ ਵੱਜਣੇ ਆ ਕਿ 3 ਵਜੇ ਤੱਕ ਅੱਧਾ ਘੰਟਾ ਹੋਣਾ ਸਾਡਾ 3 ਵਜਾਵਾਂਗੇ ਉਹਨਾਂ ਦਾ ਇਰਾਦਾ ਵੀ 15 ਮਿੰਟ ਰਹਿ ਗਏ ਨਾ 2 ਕਹਿ ਲਈਆਂ ਕਵਿਤਾ ਤੇ ਪਹਿਲਾਂ ਹੀ ਨਾ ਹਟ ਜਾਣਾ
ਠੀਕ ਹੈ ਕਈ ਹੁੰਦਾ ਹੈ ਸੈਟਰੀ ਦੀ ਵੱਡੀ ਜ਼ਿੰਮੇਵਾਰੀ ਜਥੇ ਸਾਰੇ ਉਹਨਾਂ ਨੇ ਭੁਗਤਾਉਣੇ ਹੁੰਦੇ ਆ ਤੇ ਜੇ ਅਸੀਂ ਵੱਧ ਘੱਟ ਟਾਈਮ ਲਾਈ ਜਾਵਾਂਗੇ ਫਿਰ ਗੱਲ ਨਹੀਂ ਬਣਦੀ ਗੁਰਦਿਆਲ ਸਿੰਘ ਜੀ ਸਰਪੰਚ ਸਾਹਿਬ ਬੂ ਵਾਲੇ ਬਾਬਾ ਜੀ ਬਾਬਾ ਲੀਡਰ ਸਿੰਘ ਸਾਹਿਬ ਹੋਰਾਂ ਦੇ ਨਾਮ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ 500 ਰੁਪਏ PR ਭੇਜਦੇ ਨੇ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਰੱਖਣ ਐਸੇ ਸਰਪੰਚ ਸਾਹਿਬ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਤੇ ਮਹਾਂਪੁਰਖਾਂ ਦੇ ਨਾਲ ਏਡਾ ਵੱਡਾ ਪਿਆਰ ਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਇਤਰਾਂ ਦੇ ਨੇਕ ਸਰਪੰਚ ਪਿੰਡਾਂ ਵਿੱਚ ਜਿਹੜੇ ਪਿੰਡਾਂ ਦੀ ਨਹਾਰ ਬਦਲ ਦਿਆ ਕਰਦੇ ਹੋਰ ਗੁਰੂ ਕੀ ਸੰਗਤ ਵੱਲੋਂ ਸਾਡੇ ਬੜੇ ਪਿਆਰੇ ਗਿਆਨੀ ਰਤਨ ਸਿੰਘ ਜੀ ਨੰਗਲ ਸਬਰੌੜ ਵਾਲੇ ਹੈਡ ਗ੍ਰੰਥੀ ਸਾਹਿਬ ਬਾਬਿਆਂ ਦੇ ਬਾਬਾ ਹਰਜਿੰਦਰ ਸਿੰਘ ਸਾਹਿਬ ਹੋਰੀ ਕਾਰ ਸੇਵਾ ਹਜ਼ੂਰ ਸਾਹਿਬ ਵਾਲਿਆਂ ਦੇ ਉੱਥੇ ਨਾਲ ਜਿਹੜੀ ਸੇਵਾ ਨਿਭਾਉਂਦੇ ਆ ਉਹਨਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ ਹੋਰ ਗੁਰੂ ਕੀ ਸੰਗਤ ਵੱਲੋਂ ਮਾਇਆ ਭੇਜੀ ਜਾ ਰਹੀ ਹੈ ਬਾਬਾ ਲੀਡਰ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਜਿਨ੍ਹਾਂ ਦਾ ਬਹੁਤ ਵੱਡਾ ਮੋਹ ਤੇ ਨੇੜੇ ਦਾ ਰਿਸ਼ਤਾ ਸੀ ਅਸੀਂ ਭਾਵੇਂ ਹਜ਼ੂਰ ਸਾਹਿਬ ਦੀ ਸਟੇਜ ਤੇ ਬੋਲਦੇ ਹੋਈਏ ਲੰਗਰ ਸਾਹਿਬ ਬਾਬਾ ਜੀ ਹੋਰਾਂ ਦੀ ਸਟੇਜ ਤੇ ਉੱਥੇ ਵੀ ਇਹਨਾਂ ਨੇ ਚਵਾਂ ਮਹਾਂਪੁਰਖਾਂ ਦੇ ਨਾਮ ਤੇ ਪੈਸੇ ਭੇਜਣੇ ਆ ਬਾਬਾ ਤੇਜਾ ਸਿੰਘ ਸਾਹਿਬ ਜੀ ਬਾਬਾ ਮਿਲਖਾ ਸਿੰਘ ਸਾਹਿਬ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਤੇ ਬਾਬਾ ਜਰਨੈਲ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਗੋਇੰਦਵਾਲ ਦੀ ਸਟੇਜ ਤੇ ਗੋਇੰਦਵਾਲ ਸਾਹਿਬ ਉਹਨਾਂ ਦੇ ਸੇਵਾਦਾਰ ਸਿੰਘ ਗਏ ਹੁੰਦੇ ਉਹ ਵੀ ਇਹਨਾਂ ਚਵਾਂ ਮਹਾਂਪੁਰਖਾਂ ਦੇ ਤੇ ਜਿਹੜੇ ਵੀ ਮੋਰਚੇ ਲੱਗਦੇ ਰਹੇ ਬਾਬਾ ਲੀਡਰ ਸਿੰਘ ਹੋਰਾਂ ਦੇ ਨਾਲ ਬਾਬਾ ਜੀ ਹੋਰਾਂ ਦਾ ਗੁਰਮਤਾ ਹੁੰਦਾ ਰਿਹਾ ਉਹ ਹਮੇਸ਼ਾ ਹੀ ਬਹੁਤ ਵੱਡਾ ਮੋਹ ਕਰਦੇ ਹੈ ਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੇ ਨਾਲ ਜਥੇ ਵਿੱਚ ਮੈਨੂੰ ਰਹਿਣ ਦਾ 1.5 ਸਾਲ ਦਾ ਸੁਭਾਗ ਪ੍ਰਾਪਤ ਹੋਇਆ ਬੰਬੇ ਜਦੋਂ ਘੇਰਾ ਪਿਆ 10 ਨਾਲ ਸੀ 30,000 ਦਾ ਘੇਰਾ ਤੇ ਬਾਬਾ ਜੀ ਅੰਮ੍ਰਿਤਸਰ ਆ ਗਏ ਸੀ ਉੱਥੇ ਓਦਾਂ ਹੀ ਘੇਰਾ ਪਿਆ ਰਿਹਾ ਜਦੋਂ ਦਿੱਲੀ ਗਏ ਬੰਬੇ ਜਾਣ ਤੋਂ ਪਹਿਲਾਂ ਦਿੱਲੀ ਗਏ ਸਾਂ ਜਥਾ ਦਿੱਲੀ ਗਿਆ ਤੇ ਉੱਥੇ ਸਵਾਲ ਕੀਤੇ ਕਿ ਬਾਬਾ ਜਰਨੈਲ ਸਿੰਘ ਹੋਣਾ ਨੇ ਸ਼ਸਤਰ ਰੱਖੇ ਆ ਤੇ ਸੰਤਾਂ ਦਾ ਕੰਮ ਆ ਪ੍ਰਚਾਰ ਕਰਨਾ ਤੇ ਤੁਸੀਂ ਸ਼ਸਤਰ ਰੱਖੇ ਬਾਬਾ ਜੀ ਕਹਿੰਦੇ ਵੀ ਰਾਤ ਨੂੰ ਗੱਲ ਕਰਾਂਗੇ ਦੀਵਾਨ ਸੱਜਣਾ ਫਿਰ ਸਾਰਿਆਂ ਨੂੰ ਪਤਾ ਲੱਗ ਜੂ ਹੁਣ ਕਹਾਣੀ ਲੰਮੀ ਹੋ ਜਾਣੀ ਆ ਬਾਬਾ ਜੀ ਹੋਣਾ ਨੇ 5ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਔਰ ਮੀਰੀ ਪੀਰੀ ਦੇ ਮਾਲਕ ਨੇ ਜਦੋਂ ਦੋ ਤਲਵਾਰਾਂ ਕਿਉਂ ਧਾਰਨ ਕੀਤੀਆਂ ਫਿਰ 10ਵੇਂ ਪਾਤਸ਼ਾਹ ਨੇ ਲਾਜ਼ਮੀ ਕਰ ਦਿੱਤੇ ਸ਼ਸਤਰ ਨਾਲ ਮਾਲਾ ਦੇ ਫਿਰ ਉਸ ਤੋਂ ਬਾਅਦ ਜਦੋਂ ਕਲਾ ਸੀ ਜਥਾ ਭਿੰਡਰਾ ਨਾਲੇ ਸੰਤ ਵਿਚਾਰੇ ਕੀ ਦੱਸਾਂ ਜੋ ਮੰਗਤ ਭੱਠੀ ਕੀਤੇ ਖੂਨੀ ਕਾਰੇ ਗੁਰਬਚਨੇ ਨਰਕ ਧਾਰੀਏ ਨੇ ਜਿਹੜਾ ਜਲੂਸ ਕੱਢ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਉਹ ਸਿੰਘ ਨੂੰ ਰੋਕਣ ਗਏ ਸਾਡੇ ਧਰਮ 'ਚ ਦਖਲ ਨਾ ਦੇ ਗੋਲੀ ਚਲਾ ਕੇ 13 ਸ਼ਹੀਦ ਕਰ ਦਿੱਤੇ ਫਿਰ ਬਾਬਾ ਜੀ ਨੇ ਆਖਿਆ ਸ਼ਸਤਰ ਰੱਖਣੇ ਚਾਹੀਦੇ ਕਿ ਨਹੀਂ ਤੇ ਦੋਵੇਂ ਬਾਹਾਂ ਤਾਂ ਕਰਕੇ 5-7 ਮਿੰਟ ਯਕਾਰੇ ਗੋਲੀ ਦੇ ਰਹੇ ਤੇ ਮਹਾਂਪੁਰਖ ਡੱਕ ਕੇ ਕਹਿੰਦੇ ਖਾਲਸਾ ਜੀ ਸਾਨੂੰ ਇਕੱਲਿਆਂ ਨੂੰ ਲੋੜ ਨਹੀਂ ਸ਼ਸਤਰ ਰੱਖਣ ਦੀ ਸਮਾਂ ਮੰਗ ਕਰਦਾ ਜੇ ਆਪਣੇ ਘਰਾਂ ਵਿੱਚ ਸ਼ਸਤਰ ਰੱਖੋ ਛਵੀਆਂ ਰੱਖੋ ਤਲਵਾਰਾਂ ਰੱਖੋ ਰਿਵਾਲਵਰਾਂ ਦੇ ਲਾਇਸੈਂਸ ਬਣਾ ਕੇ ਰੱਖੋ ਸਮਾਂ ਇਹ ਮੰਗ ਕਰਦਾ ਹੈ ਇਹ ਕਿਸੇ ਨੂੰ ਮਾਰਨ ਵਾਸਤੇ ਨਹੀਂ ਇਹ ਆਪਣੀ ਰੱਖਿਆ ਵਾਸਤੇ ਪਰ ਮੰਨੇ ਨਹੀਂ ਸੀ ਦਿੱਲੀ ਮੈਂ ਬੇਨਤੀ ਕਰ ਰਿਹਾ ਸੀ ਮੋਰਚਾ ਚੱਲ ਰਿਹਾ ਸੀ ਹਰਬੰਸ ਲਾਲ ਖੰਨੇ ਨੇ ਇੱਕ ਜਲੂਸ ਕੱਢਿਆ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਨਾਰਾ ਦਿੱਤਾ ਕਸ਼ ਕਰਾ ਗੰਗਾ ਕਿਰਪਾਨ ਸਮਾਂ ਆਉਣ ਤੇ ਜਾ ਰੋਟ
ਦਾ ਮਾਡਲ ਸਟੇਸ਼ਨ ਤੇ ਲੱਗਾ ਸੀ, ਤੋੜ ਕੇ ਥੱਲੇ ਸੁੱਟ ਕੇ ਉੱਤੇ ਨੱਚਦੇ ਸੀ। ਇੱਕ ਗੁਰੂ ਕੇ ਲਾਲ ਨੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ, ਹੱਥੋਂ ਪਾਈ ਉਹਦੀ ਦਸਤਾਰ ਲੱਥ ਗਈ, ਖੰਨਾ ਲੈ ਗਿਆ। ਉਸ ਵੇਲੇ ਦੇ ਲੀਡਰਾਂ ਨੂੰ ਬੇਨਤੀ ਕੀਤੀ ਦਸਤਾਰ ਮੰਗਾ ਦਿਓ। ਚਾਰ ਦਿਨ ਲੰਘ ਦਸਤਾਰ ਨਾ ਆਈ, ਪੰਜਵੇਂ ਦਿਨ ਬਾਬਾ ਜਰਨੈਲ ਸਿੰਘ ਦੇ ਕੋਲ ਜਾ ਕੇ ਬੇਨਤੀ ਕੀਤੀ, ਬਾਬਾ ਜੀ ਰੋਜ਼ ਆ ਗਏ, ਉਹ ਸਾਡੀ ਜ਼ਿੰਦਗੀ ਵੀ ਕਾਹਦੀ ਆ ਜੇ ਸਾਡੀਆਂ ਪੱਗਾਂ ਸਾਡੇ ਘਰ ਵਿੱਚ ਲੱਥਣ, ਅਣਖ ਦਾ ਜਿਉਣਾ ਮਰਦਾਂ ਦੀ ਮੌਤ ਥੋੜੇ ਦਿਨ ਚੰਗੀ ਹੋਇਆ ਕਰਦੀ ਆ। ਬਾਬਾ ਜੀ ਮਾਈਕ ਤੇ ਆਏ, ਦੀਵਾਨ ਹਰਗੁਰਦਰਮ ਮੰਜੀ ਸਾਹਿਬ ਆਖਿਆ, ਖੰਨਿਆ ਇਹ ਸਿੰਘ ਦੀ ਦਸਤਾਰ ਸ਼ਾਮਾਂ ਤੋਂ ਪਹਿਲਾਂ ਇੱਥੇ ਆ ਜਾਣੀ ਚਾਹੀਦੀ ਆ। ਦੋ ਘੰਟੇ ਬਿਨਾ ਲੰਘੇ ਜਿਹੜੀ ਚਾਰ ਦਿਨ ਦਸਤਾਰ ਨਹੀਂ ਸੀ ਆਈ, ਆ ਗਈ ਤੇ ਫਿਰ ਜਿਹਦੀ ਦਸਤਾਰ ਲੱਥੀ ਹੁੰਦੀ ਆ ਚਾਦਰਾਂ ਦੀਆਂ ਬੁੱਕਲਾਂ ਮਾਰੀਆਂ, ਸਮਾਨ ਮਰੀਜ਼ ਦਵਾਈ ਲੈਂਦੇ ਸੀ। ਇਹਨਾਂ ਆਖਿਆ ਕੋਈ ਨੀ ਵਿਹਲਾ, ਜਦੋਂ ਵਿਹਲਾ ਆਇਆ ਸ਼ਟਰ ਨੂੰ ਹੱਥ ਪਾਉਣ ਲੱਗਾ, ਕਹਿਣ ਲੱਗੇ ਡਾਕਟਰ ਸਾਹਿਬ ਠਹਿਰ ਜਾਓ। ਕਹਿੰਦਾ ਕੀ ਹੋਇਆ? ਕਹਿੰਦੇ ਦਵਾਈ ਲੈਣੀ। ਕਹਿੰਦਾ ਛੇਤੀ ਦੱਸੋ, ਮੇਰਾ ਟਾਈਮ ਹੋਇਆ, ਇਹ ਆਪਣੇ ਕਾਊਂਟਰ ਤੇ ਹੋਇਆ। ਕਹਿੰਦਾ ਕਾਹਦੀ ਦਵਾਈ ਚਾਹੀਦੀ ਹੈ ਤੁਹਾਨੂੰ? ਸੁਧੀਰ ਸੁਧੀਰ ਸੂਰੀ ਵਾਂਗੂ ਬੋਲਦਾ, ਇੱਕ ਦੂਜੇ ਨੂੰ ਹੱਥ ਲਾ ਕੇ ਕਹਿੰਦਾ, ਇਹਨੂੰ ਬਹੁਤ ਦਰਦ ਹੋ ਰਿਹਾ, ਪੀੜ ਬੜੀ ਹੁੰਦੀ ਆ। ਕਹਿੰਦਾ ਹਟਾ ਦੇਣਾ ਹੁਣੇ। ਜਦੋਂ ਵੇਖ ਇਹ ਲੱਗਾ ਆਪਣੇ ਡੱਬਿਆਂ ਦੇ ਪੱਤਿਆਂ ਨੂੰ ਹੱਥ ਹੱਥ ਮਾਰਨ, ਮਰਦਾਂ ਨੇ ਵੇਖਿਆ ਸ਼ਿਕਾਰ ਮਾਰ ਹੇਠਾਂ ਕੰਨ ਮੈਂ ਵੀ ਇਹਦਾ ਉੱਥੇ ਸੀ। ਇਹਨੇ ਆਖਿਆ, ਡਾਕਟਰ ਸਾਹਿਬ ਦਵਾਈ ਉਹ ਦਿਓ। ਪਛਾਣ ਮੂੰਹ ਕਰਕੇ ਕਹਿੰਦਾ, ਕਿਹੜੀ ਹੋਈ? ਖਾਓਗੇ ਤੁਸੀਂ ਤੇ ਰਾਮ ਫੇਰ ਆਉਣਾ। ਕਹਿੰਦਾ, ਮੈਨੂੰ ਪਹਿਲਾਂ ਪਤਾ ਲੱਗ ਗਿਆ ਵੀ ਤੁਸੀਂ ਕਮਰੇ ਜੇ, ਪਰ ਮੈਨੂੰ ਹੁਣ ਤੇ ਸ਼ੱਕ ਜਿਹੜਾ ਸੀ ਉਹ ਗੁੰਜਾਇਸ਼ ਰਹੀ ਨਹੀਂ, ਚਲੇ ਜਾ, ਇਹੋ ਜਿਹੀ ਕੋਈ ਦਵਾਈ ਨਹੀਂ, ਖਾਵੇ ਹੋਰ ਕੋਈ ਤੇ ਰਾਮ ਕਿਸੇ ਹੋਰ ਨੂੰ ਖਾਵੇ, ਇਹ ਨਹੀਂ ਬਣੀ। ਅਰੇ ਉਹ ਕਹਿੰਦੇ ਬਣ ਗਈ ਆ, ਇਹਨਾਂ ਨੇ ਚੁੱਕੀਆਂ ਚਾਦਰਾਂ, ਨਿਕਲੀਆਂ ਬੰਦੇ ਖਾਣੀਆਂ, ਕਰਕੇ ਦੀ ਇੱਕ ਵੱਲ ਮਾਰ ਕੇ ਭ੍ਰਿਸ਼ਟ ਗੰਡਮੈਨ ਭੱਜਣ ਲੱਗਾ। ਕਹਿਣ ਲੱਗੇ, ਨਹੀਂ ਨਹੀਂ, ਇਹਦੇ ਗੜੀ ਮੋਚ ਕੇ ਨਹੀਂ ਰੱਖਣਾ, ਨਾਲ ਤੋਰ ਦੇ ਬਣੇ ਤੇ ਚਲੇ ਗਏ। ਅਗਲੇ ਦਿਨ ਖਬਰ ਆਉਂਦੀ, ਕਿੱਥੋਂ ਆਏ ਕੋਈ ਪਤਾ ਨਹੀਂ, ਹਰਬੰਸ ਲਾਲ ਖੰਨੇ ਦਾ ਉਹਦੇ ਗੰਡਮੈਨ ਦਾ ਗੁੱਗਾ ਪੂਜ ਕੇ ਚਲੇ ਗਏ। ਕਿੱਧਰ ਗਏ ਕੋਈ ਵੀ ਪਤਾ ਨਹੀਂ। ਸੀਆਈਡੀ ਰਿਪੋਰਟ ਦਿੱਲੀ ਵਿੱਚ ਜਾ ਕੇ ਜਿਹੜੀ ਸੀਆਈਡੀ ਦਿੰਦੀ ਆ ਉਹ ਇਹਨਾਂ ਅੱਖਰਾਂ ਵਿੱਚ ਸਾਲ ਦਾ ਹਾਜ਼ਰ ਜਵਾਬ ਉਹਦੇ ਨਾਲ ਦਾ।
ਸ਼ਹਿਰ ਸਭਰਾ ਯਾਦ ਕਾਵਚ ਪਰ ਗੁਰੂ ਕੀ ਸੰਗਤ ਵੱਲੋਂ ਬੇਅੰਤ ਮਾਮਲੇ ਬਾਬਾ ਜੀ ਬਾਬਾ ਲੀਡਰ ਸਿੰਘ ਸਾਹਿਬ ਹੋਰਾਂ ਵੱਲੋਂ 2100 ਰੁਪਏ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਸਾਹਿਬ ਸੰਤ ਬਾਬਾ ਮਿਲਖਾ ਸਿੰਘ ਸਾਹਿਬ ਸੰਤ ਬਾਬਾ ਦਇਆ ਸਿੰਘ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਭਿੰਡਰਾਂ ਵਾਲੇ ਸਾਰੇ ਮਹਾਂਪੁਰਖਾਂ ਦੇ ਨਾਮ ਤੇ 2100 ਰੁਪਏ ਸਪੈਸ਼ਲ ਜਥੇ ਨੂੰ ਪਿਆਰ ਉਹਨਾਂ ਵੱਲੋਂ ਆਇਆ ਹੈ। ਅਸੀਂ ਧੰਨਵਾਦ ਕਰਦੇ ਹਾਂ ਮਹਾਰਾਜ ਚੜ੍ਹਦੀ ਕਲਾ ਰੱਖਣ ਦਾ। ਭੈਣ ਜੀ ਅਰਦਾਸ ਕਰਾਉਂਦੇ ਰੀਤਮ ਸਿੰਘ ਬੇਟਾ ਸਪੇਨ ਵਿੱਚ ਪੱਕਾ ਹੋ ਜਾਵੇ। ਸਾਊਂਡ ਬਹੁਤ ਵਧੀਆ ਲਾਈਵ ਵਾਲੇ ਵੀਰ ਗੁਰੂ ਕੇ ਸੰਗਤ ਪ੍ਰਬੰਧਕ ਮਹਾਂਪੁਰਖ ਸੈਟਰੀ ਸਾਹਿਬ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਆਖੋ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ ਭਲਾ। ਗਿਆਨੀ ਮਹਿੰਦਰ ਸਿੰਘ ਜੀ ਰਤਨਗੜ੍ਹ ਵਾਲੇ ਪੁਰਾਣੇ ਕਵੀਸ਼ਰ ਬਜ਼ੁਰਗ ਉਹਨਾਂ ਵੱਲੋਂ ਮਾਇਆ ਆਈ ਆ। ਗੁਰੂ ਸਾਹਿਬਾਂ ਦਾ ਕੋਟਨ ਕੋਟ ਸ਼ੁਕਰ ਕਰਦੇ ਕੋਮਲ ਸੋਹੀ ਭਰਾ ਮਹਿਤੀ ਹੈ ਤੁਹਾਡੀ ਸੇਵਾ ਵਿੱਚ ਅਤੇ ਆਸ ਕਹਿੰਦੇ ਆ ਕੋਈ ਭੁੱਲ ਕਰ ਗਏ ਹੋਵੇ ਤੇ ਖਿਮਾ ਮੰਗਦੇ ਆ ਆਗਿਆ ਮੰਗਦੇ ਆ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਵਿੱਚ ਦਿੱਤਾ ਬਦਲ ਮਾਹੌਲ ਜੀ।
ਗੁਰੂ ਖਾਲਸਾ ਜੀ ਹਾਜ਼ਰੀ ਪ੍ਰਵਾਨ ਕਰੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀ ਝੁਕਾ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾ ਕੇ ਦਾਸਾਂ ਨੂੰ ਇਤਿਹਾਸ ਵਿੱਚੋਂ ਕੁਝ ਪੱਤਰੇ ਸਾਂਝੇ ਕਰਨ ਵਾਸਤੇ ਬਲ ਬਖਸ਼ੋ। ਝੁਕਾਓ ਮਹਾਰਾਜ ਨੂੰ ਸੀਸ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਲੀਡਰ ਸਿੰਘ ਸਾਹਿਬ ਜੀ, ਵੱਡੀਆਂ ਜ਼ਿੰਮੇਵਾਰੀਆਂ ਵੱਡੇ ਕਾਰਜ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਜਵਾਨੀ ਨੂੰ ਰੱਬ ਦੇ ਨਾਲ ਜੋੜਨ ਵਾਸਤੇ ਵੱਡੇ ਕਾਰਜ ਵੱਡੇ ਗੁਰਮ ਸਮਾਗਮ ਜੋੜ ਮੇਲੇ ਵਡਿਆਲੇ ਚੱਲ ਰਹੇ ਨੇ ਉਹਨਾਂ ਵੱਲੋਂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੋਹਣਿਆਂ ਦੇ ਸੁਲਤਾਨ ਸਤਿਗੁਰੂ ਤਿਨਾਂ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਮਹਾਂਪੁਰਖਾਂ ਵੱਲੋਂ ਹਰ ਸਾਲ ਬੜੇ ਅਦਬ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ। ਆਪ ਵੱਖ ਵੱਖ ਜਥਿਆਂ ਦੇ ਕੋਲੋਂ ਗੁਰੂ ਕਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ। 30 ਮਿੰਟ ਸਾਡੇ ਹਿੱਸੇ ਸਮਾਂ ਆ ਜਿਹੜਾ ਪ੍ਰਬੰਧਕਾਂ ਨੇ ਸੈਕਟਰੀ ਸਾਹਿਬ ਹੋਰਾਂ ਨੇ ਅਨਾਊਂਸ ਕਰ ਦਿੱਤਾ ਹੈ। 30 ਮਿੰਟਾਂ ਦੇ ਵਿੱਚ ਦੋ ਤੋਤਾਵਾਂ ਆਪ ਜੀ ਦੀ ਸੇਵਾ ਵਿੱਚ ਕਹਿ ਕੇ ਅਸੀਂ ਖਿਮਾ ਮੰਗ ਲੈਣੀ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਜਿਨ੍ਹਾਂ ਨੂੰ ਹੁਣੇ ਹੁਣੇ 1,97,000 ਵੋਟ ਦੇ ਨਾਲ ਲੀਡ ਦੇ ਨਾਲ ਜਿਤਾਇਆ ਹੈ। ਪਿਛਲੇ ਰਾਮੇ ਲਾ ਦਿੱਤੇ ਹੈ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਤਰਸੇਮ ਸਿੰਘ ਜੀ, ਉਹ ਆਏ ਨੇ ਜੀ ਆਇਆ ਆਖਦੇ ਆ, ਪਿੰਡ ਪਿੰਡ ਸ਼ਹਿਰ ਸ਼ਹਿਰ ਆ ਕੇ ਭੈਣ ਜੀ ਹੋਰੇ ਵੀ ਭਾਜੀ ਹੋਰੇ ਵੀ ਸੰਗਤਾਂ ਦਾ ਧੰਨਵਾਦ ਕਰ ਰਹੇ ਆ। ਉਹਨਾਂ ਵੱਲੋਂ 200 ਰੁਪਏ ਜਥੇ ਨੂੰ ਪਿਆਰ ਭੇਜਿਆ ਗਿਆ। ਅਸੀਂ ਧੰਨਵਾਦ ਕਰਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਰਿਹਾਈ ਕਰਾਉਣ, ਬੰਦ ਖਲਾਸੀ ਕਰਾਉਣ। ਸਤਿਕਾਰਯੋਗ ਬਾਬਾ ਜੀ ਨਾਲੇ ਜਲ ਪਾਣੀ ਵੀ ਛਕਾ ਰਹੇ ਸੀ ਮਹਾਂਪੁਰਖ ਦੇ ਨਾਲੇ, ਉਹਨਾਂ ਵੱਲੋਂ 200 ਰੁਪਏ ਪਿਆਰ ਆਪਣੇ ਜਥੇ ਨੂੰ ਆਇਆ ਹੈ। ਇੱਕ ਵੀਰ ਜੀ ਉੱਥੇ ਬੈਠੇ ਆ ਜਾ ਕੇ ਕਹਿ ਕੇ ਆਏ, ਜਿਹੜੀ ਤੁਹਾਡੀ ਕਵਿਤਾ ਹੈ ਅੱਤਵਾਦੀ ਭਿੰਡਰਾਂ ਵਾਲਾ ਨਹੀਂ ਇਹ ਕਹੀ ਜਾਵੇ, ਇਹਦੇ ਨਾਲ ਇੱਕ ਲਹਿਰੀ ਆ ਛੰਦ ਤੇ ਇੱਕ ਇਹ ਦੋਵੇਂ ਕਵਿਤਾ ਤੁਹਾਡੀ ਸੇਵਾ ਵਿੱਚ ਅਸੀਂ ਕਹਿਣੀਆਂ। ਗਿਆਨੀ ਗੁਰਮੁਖ ਸਿੰਘ ਜੀ MA ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ, ਇਹ ਉਹ ਇਨਸਾਨ ਨੇ ਜਿਹੜੇ ਟੀ ਸਰੀਜ ਦੀ ਕੰਪਨੀ ਵਿੱਚ ਉਹਨਾਂ ਬੰਦਿਆਂ ਨੂੰ ਲੈ ਗਏ ਜਿਨ੍ਹਾਂ ਕਦੀ ਸਟੂਡੀਓ ਦਾ ਦਰਵਾਜ਼ਾ ਨਹੀਂ ਸੀ ਵੇਖਿਆ। ਹੁਣੇ ਹੁਣੇ ਨਿਊਜ਼ੀਲੈਂਡ ਤੋਂ ਇਹ ਸਿੱਖੀ ਦਾ ਪ੍ਰਚਾਰ ਕਰਕੇ ਆਏ ਆ, ਉਹ ਉਸ ਜਥੇ ਨੇ ਤੁਹਾਡੀ ਸੇਵਾ ਵਿੱਚ ਆਉਣਾ। ਬਾਬਾ ਸਰਵਣ ਸਿੰਘ ਜੀ ਵੇਈ ਵਾਲੇ ਮਹਾਂਪੁਰਖ ਉਹਨਾਂ ਵੱਲੋਂ ਮਾਇਆ ਆਈ ਹੈ। MA ਸਾਹਿਬ ਮੇਰੇ ਵੱਡੇ ਭਾਜੀ ਹੈ, ਗੁਰ ਭਾਈ ਹੈ, ਜੋਗੀ ਸਾਹਿਬ ਦੇ ਨਾਲ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਸੇਵਾ ਕੀਤੀ ਹੈ। ਇਤਿਹਾਸ ਗਾ ਕੇ ਅੱਗੇ ਉਹਨਾਂ ਦੇ ਸਾਰੇ ਜਥੇ ਵੱਲੋਂ ਵੀਰ ਦਲਜੀਤ ਸਿੰਘ ਜੀ, ਰਣਜੀਤ ਸਿੰਘ ਜੀ, ਨਰਿੰਦਰ ਸਿੰਘ ਜੀ, ਜਗਰਾਜ ਸਿੰਘ ਜੀ ਸਾਰਿਆਂ ਵੱਲੋਂ ਮਾਇਆ ਆਈ ਹੈ। ਗੁਰੂ ਕੀ ਸੰਗਤ
ਬੇਅੰਤੀ ਗੁਰੂ ਕੀ ਸੰਗਤ ਵੱਲੋਂ ਮਾਇਆ ਭੇਜੀ ਜਾ ਰਹੀ ਹੈ। ਆਓ ਬਾਬਾ ਜੀ ਬਾਬਾ ਅਮਰੀਕ ਸਿੰਘ ਸਾਹਿਬ ਖਤਰਾਣ ਵਾਲੇ ਮਹਾਂਪੁਰਖ ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਸਤਿਕਾਰਯੋਗ ਬਾਬਾ ਮਹਾਤਮ ਮੋਨੀ ਜੀ ਖੈੜਿਆਂ ਵਾਲੇ ਮਹਾਂਪੁਰਖ ਸੰਤ ਜੀ ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਬਾਬਾ ਜੀ ਲੰਮੇ ਸਮੇਂ ਤੋਂ ਇੱਥੇ ਸਟੇਜ ਤੇ ਕਈ ਘੰਟੇ ਚੌਂਕੜਾ ਜਿਨ੍ਹਾਂ ਦਾ ਸਿਮਰਨ ਸੇਵਾ ਉਹਨਾਂ ਵੱਲੋਂ ਬੇਅੰਤ ਆਸ਼ੀਰਵਾਦਾਂ ਹਮਰੇ ਜਦੋਂ ਵੀ ਆਈਏ ਇਸ ਜਥੇ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਿਆ ਜਾਂਦਾ। ਆਓ ਜੀ ਸ਼੍ਰੀਮਾਨ ਸੰਤ ਇਹ ਸਾਡੇ ਬੜੇ ਪਿਆਰੇ ਵੀਰ ਬਲਬੀਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਹਰਜਿੰਦਰ ਸਿੰਘ ਜੀ ਨੰਗਲ ਸਪਰੌਰ ਵਾਲਿਆਂ ਦੇ ਨਾਲ ਇਹ ਸੇਵਾਵਾਂ ਨਿਭਾਉਂਦੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਮਾਇਆ ਅਰਦਾਸ ਕਰਾਉਂਦੇ ਆ ਵੀ ਭਾਈ ਬਲਬੀਰ ਸਿੰਘ ਜੀ ਉਹਨਾਂ ਦੇ ਡਰਾਈਵਰ ਸਾਹਿਬ। ਆਓ ਜੀ ਸਰਕਾਰ ਹਰ ਸਿੱਖੀ ਸਰਕਾਰ ਦੇ ਨਜ਼ਰ ਵਿੱਚ ਅੱਤਵਾਦੀ ਆ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੱਖ ਕੌਮ ਦਾ ਪ੍ਰਚਾਰ ਪ੍ਰਸਾਰ ਆਰੰਭ ਕੀਤਾ ਤੇ ਰਾਹ ਵਿੱਚ ਕਈ ਵਾਰ ਸਰਕਾਰ ਨੇ ਗੁਰਬਚਨੇ ਨਰਕ ਧਾਰੀ ਵਰਗੇ ਰੋੜੇ ਉਠਾਏ ਪਰ ਮਹਾਂਪੁਰਖਾਂ ਦਾ ਕਿਤੇ ਵੀ ਪਰਚਾ ਜਦੋਂ ਦਰਜ ਨਾ ਹੋਇਆ ਫਿਰ ਉਹਨਾਂ ਨੇ ਸ਼ੈਸਰ ਰੱਖੇ ਕਿ ਜਦੋਂ ਹੱਕ ਮਿਲੇ ਨਾ ਲੈਣੇ ਪੈਂਦੇ ਆ। ਸਰਕਾਰ ਨੇ ਆਖਿਆ ਭਿੰਡਰਾਂ ਵਾਲਾ ਅੱਤਵਾਦੀ ਆ ਉਹ ਤੇ ਲੋਕਾਂ ਨੂੰ ਨਿਆਂ ਦਵਾਉਂਦਾ ਸੀ ਕਿਸੇ ਨਾਲ ਧੱਕਾ ਹੁੰਦਾ ਉਹਦਾ ਇਨਸਾਫ ਕਰਵਾਉਂਦਾ ਸੀ ਤੇ ਸਰਕਾਰ ਨੂੰ ਜਵਾਬ ਹੈ ਅੱਤਵਾਦੀ ਉਹ ਹੁੰਦਾ ਜਿਹੜਾ ਕਿਸੇ ਨਾਲ ਧੱਕਾ ਕਰਦਾ ਜਿਹੜਾ ਕਤਲੇ ਆਮ ਕਰਦਾ ਹੈ ਜਿਹੜਾ ਹੱਕ ਖੋਹਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸਰਵੋਤਮ ਸ਼ਕਤੀ ਉਥੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਸੰਚਾਰ ਵਾਸਤੇ ਪਹੁੰਚੇ 55 ਪ੍ਰਾਣੀ ਅੱਜ ਗੁਰੂ ਵਾਲੇ ਕਲਗੀ ਵਾਲੇ ਦੇ ਪੁੱਤਰ ਤੇ ਧੀਆਂ ਬਣੇ ਆ ਉਹਨਾਂ ਨੂੰ ਵੀ ਵਧਾਈ ਆ ਤੇ ਪੰਜ ਪਿਆਰੇ ਸਹਿਬਾਨਾਂ ਦੇ ਸਤਿਕਾਰ ਵਿੱਚ ਇੱਕ ਜਕਾਰਾ ਗੱਜ ਕੇ ਜਕਾਰਾ ਗਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ। ਸਰਕਾਰ ਨੂੰ ਜਵਾਬ ਦਿੱਤਾ ਆ ਅੱਤਵਾਦੀ ਕੌਣ ਹੁੰਦਾ ਹੈ ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲਾ ਤੂੰ ਸਰਕਾਰ ਅੱਤਵਾਦੀ ਸੀ ਇੰਦਰਾ ਗਾਂਧੀ ਜਿਸਨੇ ਅਟੈਕ ਕਰਾਇਆ ਅੱਤਵਾਦੀ ਸੀ ਜਰਨਲ ਵੈਦਿਆ ਜਿਸਨੇ ਗੈਰ ਕਮਾਇਆ
ਤੂੰ ਇਨਾ ਹੀ ਮਾਰੇ ਇਨਾ ਹੀ ਫੂਕੀਆਂ ਬੱਸਾਂ ਅਸਬੀ ਗੱਲ ਬੈਂਕ ਨੂੰ ਭਰ ਦੇ ਗ੍ਰੰਥੀ ਸਾਹਿਬ ਬਾਬਾ ਰਣਜੀਤ ਸਿੰਘ ਜੀ ਨੱਥੂ ਚਾਲ ਵਾਲੇ ਮਾਇਆ ਭੇਜਦੇ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਦਇਆ ਸਿੰਘ ਸਾਹਿਬ ਉਹਨਾਂ ਦੇ ਨਾਮ ਤੇ ਮਾਇਆ ਆਈ ਹੈ। ਛੋਟੇ ਬੱਚੇ ਕਵੀਸ਼ਰੀ ਕਰਦੇ ਆ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਾਇਆ ਆਈ। ਗਿਆਨੀ ਪ੍ਰਤਾਪ ਸਿੰਘ ਜੀ ਬਾਬਾ ਜੀ ਹੋਰਾਂ ਦੇ ਨਾਲ ਵੱਡੀਆਂ ਸੇਵਾਵਾਂ ਨਿਭਾ ਰਹੇ ਆ ਉਹਨਾਂ ਵੱਲੋਂ ਪਿਆਰ। ਹੋਰ ਗੁਰੂ ਕੀ ਸੰਗਤ ਵੱਲੋਂ ਜਗਰੂਪ ਸਿੰਘ ਕਾਲੇ ਕੇ ਪਈਏ ਮੁੰਡਾ ਇੰਨਾ ਮਿਹਨਤੀ 7 ਵਜੇ ਆਪਣੀ ਸ਼ੌਪ ਤੇ ਪਹੁੰਚਿਆ ਹੁੰਦਾ ਅਸੀਂ ਆਉਂਦੀ ਲੰਘਦੇ ਹਾਂ ਸਵੇਰੇ ਜਦੋਂ ਪ੍ਰੋਗਰਾਮ ਤੇ ਜਾਂਦੇ ਤੇ ਟਰੈਕਟਰ ਦੀ ਕਾਰ ਬਣਾ ਦਿੰਦਾ। ਕਾਬਲ ਸਿੰਘ ਮੈਨੂੰ ਕਹਿੰਦਾ 120 ਤੇ ਜਾਂਦਾ। ਮੈਂ ਕਿਹਾ ਮੈਂ ਇੱਦਾਂ ਨਹੀਂ ਮੰਨਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੋਲਣਾ ਮੈਂ ਜਗਰੂਪ ਸਿੰਘ ਗੋਰੇ ਨੂੰ ਆਵਾਜ਼ ਮਾਰ ਕੇ ਪੁੱਛਿਆ ਵੀ ਵਾਕਿਆ ਗੱਲ ਠੀਕ ਆ। ਕਹਿੰਦਾ ਭਾਜੀ ਮੈਂ ਰਾਤੀ ਇਹਦੇ ਚਲਾ ਕੇ ਦੱਸਿਆ ਬਣਾ ਕੇ ਦੱਸਿਆ। ਉਹ ਮੁੰਡਾ ਜਗਰੂਪ ਸਿੰਘ ਗੋਰਾ ਕਾਲੇ ਕਿਆਂ ਵਾਲਾ ਸਾਡਾ ਬੱਚਾ ਉਹ ਮਾਇਆ ਭੇਜਦਾ ਇੰਜੀਨੀਅਰ ਉਹਦੇ ਨਾਲ ਕੁਲਦੀਪ ਸਿੰਘ ਕੀਪਾ ਪ੍ਰਮੋਟਰ ਉਹ 200 ਰੁਪਏ ਭੇਜ ਕੇ ਗਏ ਆ। ਕੋਚ ਕਮਿਸ਼ਨਰ ਵੀ ਆ ਅਮਰਜੀਤ ਸਿੰਘ ਜੀ ਕੋਮਲ ਢੱਡਿਆਂ ਵਾਲੇ ਉਹਨਾਂ ਵੱਲੋਂ ਮਾਇਆ ਆਈ ਹੈ। ਆ ਸਾਡੇ ਵੀਰ ਜੀ ਛੋਟੇ ਭਚੰਗੀ ਸਿੰਘ ਵਿਦਿਆਰਥੀ। ਅੱਛਾ ਚੜ੍ਹਦੀ 3 ਹੀ ਵੱਜਣੇ ਆ ਕਿ 3 ਵਜੇ ਤੱਕ ਅੱਧਾ ਘੰਟਾ ਹੋਣਾ ਸਾਡਾ 3 ਵਜੇ ਆਵਾਂਗੇ। ਉਹਨਾਂ ਦਾ ਇਰਾਦਾ ਵੀ 15 ਮਿੰਟ ਰਹਿ ਗਏ ਨਾ 2 ਕਹਿ ਲਈਆਂ ਕਵਿਤਾ ਤੇ ਪਹਿਲਾਂ ਹੀ ਨਾ ਹਟ ਜਾਣਾ।
ਠੀਕ ਹੈ ਕਈ ਇਹਦਾ ਹੁੰਦਾ ਹੈ ਸੈਟਰੀ ਦੀ ਵੱਡੀ ਜ਼ਿੰਮੇਵਾਰੀ ਜਿੱਥੇ ਸਾਰੇ ਉਹਨਾਂ ਨੇ ਭੁਗਤਾਉਣੇ ਹੁੰਦੇ ਆ ਤੇ ਜੇ ਅਸੀਂ ਵੱਧ ਘੱਟ ਟਾਈਮ ਲਾਈ ਜਾਵਾਂਗੇ ਫਿਰ ਗੱਲ ਨਹੀਂ ਬਣਦੀ ਗੁਰਦਿਆਲ ਸਿੰਘ ਜੀ ਸਰਪੰਚ ਸਾਹਿਬ ਬੂਹ ਵਾਲੇ ਬਾਬਾ ਜੀ ਬਾਬਾ ਲੀਡਰ ਸਿੰਘ ਸਾਹਿਬ ਹੋਰਾਂ ਦੇ ਨਾਮ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ 500 ਰੁਪਏ ਪੀ ਆਰ ਭੇਜਦੇ ਨੇ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਰੱਖਣ ਐਸੇ ਸਰਪੰਚ ਸਾਹਿਬ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਤੇ ਮਹਾਂਪੁਰਖਾਂ ਦੇ ਨਾਲ ਏਡਾ ਵੱਡਾ ਪਿਆਰ ਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਇਤਰਾਂ ਦੇ ਨੇਕ ਸਰਪੰਚ ਪਿੰਡਾਂ ਵਿੱਚ ਜਿਹੜੇ ਪਿੰਡਾਂ ਦੀ ਨਹਾਰ ਬਦਲ ਦਿਆ ਕਰਦੇ ਹੋਰ ਗੁਰੂ ਕੀ ਸੰਗਤ ਵੱਲੋਂ ਸਾਡੇ ਬੜੇ ਪਿਆਰੇ ਯਾਨੀ ਰਤਨ ਸਿੰਘ ਜੀ ਨੰਗਲ ਸਬਰਾਉੜ ਵਾਲੇ ਹੈਡ ਗ੍ਰੰਥੀ ਸਾਹਿਬ ਬਾਬਿਆਂ ਦੇ ਬਾਬਾ ਹਰਜਿੰਦਰ ਸਿੰਘ ਸਾਹਿਬ ਹੋਰੀ ਕਾਰ ਸੇਵਾ ਹਜ਼ੂਰ ਸਾਹਿਬ ਵਾਲਿਆਂ ਦੇ ਉੱਥੇ ਨਾਲ ਜਿਹੜੀ ਸੇਵਾ ਨਿਭਾਉਂਦੇ ਆ ਉਹਨਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ ਹੋਰ ਗੁਰੂ ਕੀ ਸੰਗਤ ਵੱਲੋਂ ਮਾਇਆ ਭੇਜੀ ਜਾ ਰਹੀ ਹੈ ਬਾਬਾ ਲੀਡਰ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਜਿਨ੍ਹਾਂ ਦਾ ਬਹੁਤ ਵੱਡਾ ਮੋਹ ਤੇ ਨੇੜੇ ਦਾ ਰਿਸ਼ਤਾ ਸੀ ਅਸੀਂ ਭਾਵੇਂ ਹਜ਼ੂਰ ਸਾਹਿਬ ਦੀ ਸਟੇਜ ਤੇ ਬੋਲਦੇ ਹੋਈਏ ਲੰਗਰ ਸਾਹਿਬ ਬਾਬਾ ਜੀ ਹੋਰਾਂ ਦੀ ਸਟੇਜ ਤੇ ਉੱਥੇ ਵੀ ਇਹਨਾਂ ਨੇ ਮਹਾਂਪੁਰਖਾਂ ਦੇ ਨਾਮ ਤੇ ਪੈਸੇ ਭੇਜਣੇ ਆ ਬਾਬਾ ਤੇਜਾ ਸਿੰਘ ਸਾਹਿਬ ਜੀ ਬਾਬਾ ਮਿਲਖਾ ਸਿੰਘ ਸਾਹਿਬ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਤੇ ਬਾਬਾ ਜਰਨੈਲ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਗੋਇੰਦਵਾਲ ਦੀ ਸਟੇਜ ਤੇ ਗੋਇੰਦਵਾਲ ਸਾਹਿਬ ਉਹਨਾਂ ਦੇ ਸੇਵਾਦਾਰ ਸਿੰਘ ਗਏ ਹੁੰਦੇ ਉਹ ਵੀ ਇਹਨਾਂ ਚੌਵਾਂ ਮਹਾਂਪੁਰਖਾਂ ਦੇ ਤੇ ਜਿਹੜੇ ਵੀ ਮੋਰਚੇ ਲੱਗਦੇ ਰਹੇ ਬਾਬਾ ਲੀਡਰ ਸਿੰਘ ਹੋਰਾਂ ਦੇ ਨਾਲ ਬਾਬਾ ਜੀ ਹੋਰਾਂ ਦਾ ਗੁਰਮਤਾ ਹੁੰਦਾ ਰਿਹਾ ਉਹ ਹਮੇਸ਼ਾ ਹੀ ਬਹੁਤ ਵੱਡਾ ਮੋਹ ਕਰਦੇ ਹੈ ਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੇ ਨਾਲ ਜਥੇ ਵਿੱਚ ਮੈਨੂੰ ਰਹਿਣ ਦਾ 1.5 ਸਾਲ ਦਾ ਸੁਭਾਗ ਪ੍ਰਾਪਤ ਹੋਇਆ ਬੰਬੇ ਜਦੋਂ ਘੇਰਾ ਪਿਆ 10 ਨਾਲ ਸੀ 30,000 ਦਾ ਘੇਰਾ ਤੇ ਬਾਬਾ ਜੀ ਅੰਮ੍ਰਿਤਸਰ ਆ ਗਏ ਸੀ ਉੱਥੇ ਉਦਾਂ ਹੀ ਘੇਰਾ ਪਿਆ ਰਿਹਾ ਜਦੋਂ ਦਿੱਲੀ ਗਏ ਬੰਬੇ ਜਾਣ ਤੋਂ ਪਹਿਲਾਂ ਦਿੱਲੀ ਗਏ ਸਾਂ ਜਥਾ ਦਿੱਲੀ ਗਿਆ ਤੇ ਉੱਥੇ ਸਵਾਲ ਕੀਤੇ ਕਿ ਬਾਬਾ ਜਰਨੈਲ ਸਿੰਘ ਹੋਣਾ ਨੇ ਸ਼ਸਤਰ ਰੱਖੇ ਆ ਤੇ ਸੰਤਾਂ ਦਾ ਕੰਮ ਆ ਪ੍ਰਚਾਰ ਕਰਨਾ ਤੇ ਤੁਸੀਂ ਸ਼ਸਤਰ ਰੱਖੇ ਬਾਬਾ ਜੀ ਕਹਿੰਦੇ ਵੀ ਰਾਤ ਨੂੰ ਗੱਲ ਕਰਾਂਗੇ ਦੀਵਾਨ ਸੱਜਣਾ ਫਿਰ ਸਾਰਿਆਂ ਨੂੰ ਪਤਾ ਲੱਗ ਜੂ ਹੁਣ ਕਹਾਣੀ ਲੰਮੀ ਹੋ ਜਾਣੀ ਆ ਬਾਬਾ ਜੀ ਹੋਣਾ ਨੇ 5ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਔਰ ਮੀਰੀ ਪੀਰੀ ਦੇ ਮਾਲਕ ਨੇ ਜਦੋਂ ਦੋ ਤਲਵਾਰਾਂ ਕਿਉਂ ਧਾਰਨ ਕੀਤੀਆਂ ਫਿਰ 10ਵੇਂ ਪਾਤਸ਼ਾਹ ਨੇ ਲਾਜ਼ਮੀ ਕਰ ਦਿੱਤੇ ਸ਼ਸਤਰ ਨਾਲ ਮਾਲਾ ਦੇ ਫਿਰ ਉਸ ਤੋਂ ਬਾਅਦ ਜਦੋਂ ਕਲਾ ਸੀ ਜਥਾ ਭਿੰਡਰਾ ਨਾਲੇ ਸੰਤ ਵਿਚਾਰੇ ਕੀ ਦੱਸਾਂ ਜੋ ਮੰਗਤ ਭੱਠੀ ਕੀਤੇ ਖੂਨੀ ਕਾਰੇ ਗੁਰਬਚਨੇ ਨਰਕ ਧਾਰੀਏ ਨੇ ਜਿਹੜਾ ਜਲੂਸ ਕੱਢ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਤੇ ਸਿੰਘ ਨੂੰ ਰੋਕਣ ਗਏ ਸਾਡੇ ਧਰਮ 'ਚ ਦਖਲ ਨਾ ਦੇ ਗੋਲੀ ਚਲਾ ਕੇ 13 ਸ਼ਹੀਦ ਕਰ ਦਿੱਤੇ ਫਿਰ ਬਾਬਾ ਜੀ ਨੇ ਆਖਿਆ ਸ਼ਸਤਰ ਰੱਖਣੇ ਚਾਹੀਦੇ ਕਿ ਨਹੀਂ ਤੇ ਦੋਵੇਂ ਬਾਹਾਂ ਤਾਂ ਕਰਕੇ 5-7 ਮਿੰਟ ਯਕਾਰੇ ਗੋਲੀ ਦੇ ਰਹੇ ਤੇ ਮਹਾਂਪੁਰਖ ਡੱਕ ਕੇ ਕਹਿੰਦੇ ਖਾਲਸਾ ਜੀ ਸਾਨੂੰ ਇਕੱਲਿਆਂ ਨੂੰ ਲੋੜ ਨਹੀਂ ਸ਼ਸਤਰ ਰੱਖਣ ਦੀ ਸਮਾਂ ਮੰਗ ਕਰਦਾ ਜੇ ਆਪਣੇ ਘਰਾਂ ਵਿੱਚ ਸ਼ਸਤਰ ਰੱਖੋ ਛਵੀਆਂ ਰੱਖੋ ਤਲਵਾਰਾਂ ਰੱਖੋ ਰਿਵਾਲਵਰਾਂ ਦੇ ਲਾਇਸੈਂਸ ਬਣਾ ਕੇ ਰੱਖੋ ਸਮਾਂ ਇਹ ਮੰਗ ਕਰਦਾ ਹੈ ਇਹ ਕਿਸੇ ਨੂੰ ਮਾਰਨ ਵਾਸਤੇ ਨਹੀਂ ਇਹ ਆਪਣੀ ਰੱਖਿਆ ਵਾਸਤੇ ਪਰ ਮੰਨੇ ਨਹੀਂ ਸੀ ਦਿੱਲੀ ਮੈਂ ਬੇਨਤੀ ਕਰ ਰਿਹਾ ਸੀ ਮੋਰਚਾ ਚੱਲ ਰਿਹਾ ਸੀ ਹਰਬੰਸ ਲਾਲ ਖੰਨੇ ਨੇ ਇੱਕ ਜਲੂਸ ਕੱਢਿਆ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਨਾਰਾ ਦਿੱਤਾ ਕਸ਼ ਕਰਾ ਗੰਗਾ ਕਿਰਪਾਨ ਸਮਾਂ ਆਉਣ ਤੇ ਚਾਰ
ਮਹਾਰਾਜ ਜੀ ਦਾ ਮਾਡਲ ਸਟੇਸ਼ਨ ਤੇ ਲੱਗਾ ਸੀ, ਤੋੜ ਕੇ ਥੱਲੇ ਸੁੱਟ ਕੇ ਉੱਤੇ ਨੱਚਦੇ ਸੀ। ਇੱਕ ਗੁਰੂ ਕੇ ਲਾਲ ਨੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ, ਹੱਥੋਂ ਪਾਈ ਉਹਦੀ ਦਸਤਾਰ ਲੱਥ ਗਈ, ਖੰਨਾ ਲੈ ਗਿਆ। ਉਸ ਵੇਲੇ ਦੇ ਲੀਡਰਾਂ ਨੂੰ ਬੇਨਤੀ ਕੀਤੀ ਦਸਤਾਰ ਮੰਗਾ ਦਿਓ। ਚਾਰ ਦਿਨ ਲੰਘ ਦਸਤਾਰ ਨਾ ਆਈ, ਪੰਜਵੇਂ ਦਿਨ ਬਾਬਾ ਜਰਨੈਲ ਸਿੰਘ ਦੇ ਕੋਲ ਜਾ ਕੇ ਬੇਨਤੀ ਕੀਤੀ, ਬਾਬਾ ਜੀ ਰੋਜ਼ ਆ ਗਏ, ਉਹ ਸਾਡੀ ਜ਼ਿੰਦਗੀ ਵੀ ਕਾਹਦੀ ਆ ਜੇ ਸਾਡੀਆਂ ਪੱਗਾਂ ਸਾਡੇ ਘਰ ਵਿੱਚ ਲੱਥਣ। ਅਣਖ ਦਾ ਜਿਉਣਾ ਮਰਦਾਂ ਦੀ ਮੌਤ ਥੋੜੇ ਦਿਨ ਚੰਗੀ ਹੋਇਆ ਕਰਦੀ ਆ। ਬਾਬਾ ਜੀ ਮਾਈਕ ਤੇ ਆਏ, ਦੀਵਾਨ ਹਰਗੋਬਿੰਦ ਮੰਜੀ ਸਾਹਿਬ ਆਖਿਆ ਖੰਨਿਆ ਇਹ ਸਿੰਘ ਦੀ ਦਸਤਾਰ ਸ਼ਾਮਾਂ ਤੋਂ ਪਹਿਲਾਂ ਇੱਥੇ ਆ ਜਾਣੀ ਚਾਹੀਦੀ ਆ। ਦੋ ਘੰਟੇ ਬਿਨਾਂ ਲੰਘੇ ਜਿਹੜੀ ਚਾਰ ਦਿਨ ਦਸਤਾਰ ਨਹੀਂ ਸੀ ਆਈ, ਆ ਗਈ ਤੇ ਫਿਰ ਜਿਹਦੀ ਦਸਤਾਰ ਲੱਥੀ ਹੁੰਦੀ ਆ ਤਾਜ਼ਾ ਅਣਖਿਆ ਆਨੀਆ ਸ਼ਾਨ ਆ ਸਾਡੀ। ਦੋ ਚਲੇ ਗਏ, ਦੋ ਹੀ ਜਾਂਦੇ ਰਹੇ ਨਾ ਜਾਂਦੇ। ਇਹਦਾ ਬੰਸ ਲਾਲ ਖੰਨੇ ਦਾ ਮੈਡੀਕਲ ਸਟੋਰ ਸੀ ਪੁਤਲੀ ਘਰ। ਸ਼ਾਮਾਂ ਦਾ ਟਾਈਮ ਇਹਨਾਂ ਨੇ ਆਮ ਜੀਆਂ ਚਾਦਰਾਂ ਦੀਆਂ ਬੁੱਕਲਾਂ ਮਾਰੀਆਂ, ਸਮਾਨ ਥੱਲੇ ਮਰੀਜ਼ ਦਵਾਈ ਲੈਂਦੇ ਸੀ। ਇਹਨਾਂ ਆਖਿਆ ਕੋਈ ਨੀ ਵਿਹਲਾ, ਜਦੋਂ ਵਿਹਲਾ ਆਇਆ ਸ਼ਟਰ ਨੂੰ ਹੱਥ ਪਾਉਣ ਲੱਗਾ, ਕਹਿਣ ਲੱਗੇ ਡਾਕਟਰ ਸਾਹਿਬ ਠਹਿਰ ਜਾਓ। ਕਹਿੰਦਾ ਕੀ ਹੋਇਆ? ਕਹਿੰਦੇ ਦਵਾਈ ਲੈਣੀ। ਕਹਿੰਦਾ ਛੇਤੀ ਦੱਸੋ, ਮੇਰਾ ਟਾਈਮ ਹੋਇਆ, ਇਹ ਆਪਣੇ ਕਾਊਂਟਰ ਤੇ ਹੋਇਆ। ਕਹਿੰਦਾ ਕਾਹਦੀ ਦਵਾਈ ਚਾਹੀਦੀ ਹੈ ਤੁਹਾਨੂੰ? ਸੁਧੀਰ ਸੁਧੀਰ ਸੂਰੀ ਵਾਂਗੂ ਬੋਲਦਾ, ਇੱਕ ਦੂਜੇ ਨੂੰ ਹੱਥ ਲਾ ਕੇ ਕਹਿੰਦਾ ਇਹਨੂੰ ਬਹੁਤ ਦਰਦ ਹੋ ਰਿਹਾ, ਪੀੜ ਬੜੀ ਹੁੰਦੀ ਆ। ਕਹਿੰਦਾ ਹਟਾ ਦੇਣਾ ਉਹਨੇ। ਜਦੋਂ ਇਹ ਲੱਗਾ ਆਪਣੇ ਡੱਬਿਆਂ ਨੂੰ ਪੱਤਿਆਂ ਨੂੰ ਹੱਥ ਹੱਥ ਮਾਰਨ, ਮਰਦਾਂ ਨੇ ਵੇਖਿਆ ਸ਼ਿਕਾਰ ਮਾਰ ਹੇਠਾਂ ਕੰਨ ਮੈਂ ਵੀ ਇਹਦਾ ਉੱਥੇ ਸੀ। ਇਹਨੇ ਆਖਿਆ ਡਾਕਟਰ ਸਾਹਿਬ ਦਵਾਈ ਉਹ ਦਿਓ। ਪਛਾਣ ਮੂੰਹ ਕਰਕੇ ਕਹਿੰਦਾ ਕਿਹੜੀ ਹੋਈ? ਖਾਓਗੇ ਤੁਸੀਂ ਤੇ ਰਾਮ ਫੇਰ ਆਉਣਾ। ਕਹਿੰਦਾ ਮੈਨੂੰ ਪਹਿਲਾਂ ਪਤਾ ਲੱਗ ਗਿਆ ਵੀ ਤੁਸੀਂ ਕਮਰੇ ਜੇ, ਪਰ ਮੈਨੂੰ ਹੁਣ ਤੇ ਸ਼ੱਕ ਜਿਹੜਾ ਸੀ ਉਹ ਗੁੰਜਾਇਸ਼ ਰਹੀ ਨਹੀਂ, ਚਲੇ ਜਾ, ਇਹੋ ਜਿਹੀ ਕੋਈ ਦਵਾਈ ਨਹੀਂ, ਖਾਵੇ ਹੋਰ ਕੋਈ ਤੇ ਰਾਮ ਕਿਸੇ ਹੋਰ ਨੂੰ ਖਾਵੇ, ਇਹ ਨਹੀਂ ਬਣੀ ਉਹਦੇ। ਉਹ ਕਹਿੰਦੇ ਬਣ ਗਈ ਆ, ਇਹਨਾਂ ਨੇ ਚੁੱਕੀਆਂ ਚਾਦਰਾਂ, ਨਿਕਲੀਆਂ ਬੰਦੇ ਖਾਣੀਆਂ, ਕਰਕੇ ਦੀ ਹੱਕ ਵੱਲ ਮਾਰ ਕੇ ਭ੍ਰਿਸ਼ਟ ਗੰਡਮੈਨ ਭੱਜਣ ਲੱਗਾ। ਕਹਿਣ ਲੱਗੇ ਨਹੀਂ ਨਹੀਂ, ਇਹਦੇ ਗੜੀ ਮੋਚ ਕਿੰਨੇ ਰੱਖਣਾ, ਨਾਲ ਤੋਰ ਦੇ ਬਣੇ ਤੇ ਚਲੇ ਗਏ। ਅਗਲੇ ਦਿਨ ਖਬਰ ਆਉਂਦੀ ਦੋ ਕਿੱਥੋਂ ਆਏ ਕੋਈ ਪਤਾ ਨਹੀਂ, ਹਰਬੰਸ ਲਾਲ ਖੰਨੇ ਦਾ ਉਹਦੇ ਗੰਡਮੈਨ ਦਾ ਗੁੱਗਾ ਪੂਜ ਕੇ ਚਲੇ ਗਏ। ਕਿੱਧਰ ਗਏ ਕੋਈ ਵੀ ਪਤਾ ਨਹੀਂ। ਸੀ ਆਈ ਡੀ ਰਿਪੋਰਟ ਦਿੱਲੀ ਵਿੱਚ ਜਾ ਕੇ ਜਿਹੜੀ ਸੀ ਆਈ ਡੀ ਦਿੰਦੀ ਆ ਉਹ ਇੰਨਾ ਅੱਖਰਾਂ ਵਿੱਚ ਐਂ ਕਰੇ, ਸੀ ਆਈ ਡੀ ਲਿਖਦੀ ਰਿਪੋਰਟ ਹੈ ਹੱਕ ਲੈਣ ਲਈ ਨਗਾਰੇ ਲਾਉਂਦਾ ਚੋਟ ਹੈ, ਉਹਦੇ ਦਿਲ ਚੋਂ ਨਰਤਾ ਜਿੰਨੀ ਖੋਟ ਹੈ, ਤਾਈ ਉਹ ਪਿੰਡਰਾਂ ਵਾਲੇ ਤੋਂ ਸਰਕਾਰ ਡਰ ਗਈ, ਉਹਦੀ ਛੇੜ ਜੀ ਦਹਾੜੀ ਅੱਖ ਬਾਜ ਵਰਗੀ
ਉਹ ਅਸੀਂ ਸੈਕਟਰੀ ਸਾਹਿਬ ਨੂੰ ਛੱਡਦੇ ਹਾਂ। ਗੁਰੂ ਕੀ ਸੰਗਤ ਵੱਲੋਂ ਬੇਅੰਤ ਮਾਮਲੇ ਬਾਬਾ ਜੀ ਬਾਬਾ ਲੀਡਰ ਸਿੰਘ ਸਾਹਿਬ ਹੋਰਾਂ ਵੱਲੋਂ 2100 ਰੁਪਏ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਸਾਹਿਬ, ਸੰਤ ਬਾਬਾ ਮਿਲਖਾ ਸਿੰਘ ਸਾਹਿਬ, ਸੰਤ ਬਾਬਾ ਦਇਆ ਸਿੰਘ ਸਾਹਿਬ, ਸੰਤ ਬਾਬਾ ਜਰਨੈਲ ਸਿੰਘ ਸਾਹਿਬ ਭਿੰਡਰਾਂ ਵਾਲੇ ਸਾਰੇ ਮਹਾਂਪੁਰਖਾਂ ਦੇ ਨਾਮ ਤੇ 2100 ਰੁਪਏ ਸਪੈਸ਼ਲ ਜਥੇ ਨੂੰ ਪਿਆਰ ਉਹਨਾਂ ਵੱਲੋਂ ਆਇਆ ਹੈ। ਅਸੀਂ ਧੰਨਵਾਦ ਕਰਦੇ ਹਾਂ ਮਹਾਰਾਜ ਚੜ੍ਹਦੀ ਕਲਾ ਰੱਖਣ ਦੀ। ਭੈਣ ਜੀ ਅਰਦਾਸ ਕਰਾਉਂਦੇ ਰੀਤਮ ਸਿੰਘ ਬੇਟਾ ਸਪੇਨ ਵਿੱਚ ਪੱਕਾ ਹੋ ਜਾਵੇ। ਸਾਊਂਡ ਬਹੁਤ ਵਧੀਆ ਲਾਈਵ ਵਾਲੇ ਵੀਰ ਗੁਰੂ ਕੇ ਸੰਗਤ ਪ੍ਰਬੰਧਕ ਮਹਾਂਪੁਰਖ ਸੈਟਰੀ ਸਾਹਿਬ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਆਖੋ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ ਭਲਾ। ਗਿਆਨੀ ਮਹਿੰਦਰ ਸਿੰਘ ਜੀ ਰਤਨਗੜ ਵਾਲੇ ਪੁਰਾਣੇ ਕਵੀਸ਼ਰ ਬਜ਼ੁਰਗ ਉਹਨਾਂ ਵੱਲੋਂ ਮਾਇਆ ਆਈ ਆ। ਗੁਰੂ ਸਾਹਿਬਾਨ ਕੋਟਨ ਕੋਟ ਸ਼ੁਕਰ ਕਰਦੇ ਕੋਮਲ ਸੋਹੀ ਭਰਾ ਮਹਿਤੀ ਹੈ ਤੁਹਾਡੀ ਸੇਵਾ ਵਿੱਚ ਇਤਿਹਾਸ ਕਹਿੰਦੇ ਆ ਕੋਈ ਭੁੱਲ ਕਰਕੇ ਹੋਵੇ ਤੇ ਖਿਮਾ ਮੰਗਦੇ ਆ ਆਗਿਆ ਮੰਗਦੇ ਆ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।